ਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਇੱਕ ਵਾਰ ਫੇਰ ਆਪ ਜੀ ਦੀ ਸੇਵਾ ਵਿੱਚ ਪ੍ਰੋਗਰਾਮ ਲੈ ਕੇ حاضر ਹਾਂ ਕੋਲ ਬੈ ਕੇ ਸੁਣ ਸੱਜਣਾ ਤੇ ਬੈਠੇ ਹੋਏ ਹਾਂ ਇੱਕ ਵਾਰੀ ਫੇਰ ਨਿੰਦਰਪੁਰ ਕੋ ਗਿਆਨਬੀ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਨਿੰਦਰ ਜੀ ਪੰਜਾਬੀ ਗੀਤਕਾਰਾਂ ਤੇ ਇੱਕ ਪ੍ਰੋਗਰਾਮ ਕਰ ਚੁੱਕੇ ਆ ਕਿ ਰਚਨਾਵਾਂ ਕਿਵੇਂ ਕਰਦੇ ਸਨ ਕਿਵੇਂ ਘਟਨਾਵਾਂ ਨੂੰ ਆਧਾਰ ਬਣਾ ਕੇ ਆਹ ਜੀਵਨ ਦੇ ਵਿੱਚੋਂ ਅਬਜ਼ਰਵੇਸ਼ਨ ਲੈ ਕੇ ਫਿਰ ਉਸ ਤੇ ਲਿਖ ਦਿੰਦੇ ਸਨ ਤੁਸੀਂ ਬੇਨਤੀ ਕੀਤੀ ਸੀ ਕਿ ਇੱਕ ਖਾਸ ਇੱਕ ਗੀਤਕਾਰ ਆਜਾ ਹੋਇਆ ਜਿਹਦੀ ਬਹੁਤ ਵੱਡੀ ਦੇਣ ਹੈ ਪੰਜਾਬੀ ਗੀਤਕਾਰੀ ਨੂੰ ਇੰਦਰਜੀਤ ਹਸਨਪੁਰੀ ਜੀ ਉਹਨਾਂ ਤੇ ਇੱਕ ਪੂਰਾ ਪ੍ਰੋਗਰਾਮ ਬਣਦਾ ਹੈ ਟ੍ਰਿਬਿਊਟ ਹੋਵੇਗਾ ਉਹਨਾਂ ਨੂੰ ਇਹੋ ਸ਼ਰਧਾਂਜਲੀ ਵੀ ਹੋਊਗੀ ਉਹਨਾਂ ਦੇ ਸ਼ਖਸੀਅਤ ਉਹਨਾਂ ਦੀ ਰਚਨਾਬਾੜੀ ਹਾਂ ਚਾਹਤ ਸੋ ਉਹਨਾਂ ਦੇ ਬਾਰੇ ਦੱਸੋ ਸਾਨੂੰ ਕਿ ਉਹਨਾਂ ਦਾ ਜੀਵਨ ਕਿੱਥੇ ਕਿਵੇਂ ਗੁਜ਼ਰਿਆ ਤੇ ਉਹ ਇਸ ਖੇਤਰ ਵੱਲ ਨੂੰ ਕਿਵੇਂ ਆਏ ਹਸਨਪੁਰੀ ਤੋਂ ਭਾਵ ਹਸਨਪੁਰ ਪਿੰਡ ਲੁਧਿਆਣੇ ਚ ਹੈ ਜੀ ਔਰ ਉਥੇ ਬੜਾ ਲੰਮਾ ਅਰਸਾ ਰਹੇ ਹੋ ਜਿੰਨਾ ਚਿਰ ਉਹਨਾਂ ਦੀ ਮਾਂ ਜਿਉਂਦੀ ਰਹੀ ਉਹਨਾਂ ਚਿਰ ਉਹ ਪਿੰਡ ਰਹੇ ਫੇਰ ਲੁਧਿਆਣੇ ਫਿਰੋਜ਼ਪੁਰ ਰੋਡ ਤੇ ਘਰ ਪਾਇਆ ਅੱਛਾ ਜੀ ਤੇ ਉਥੇ ਆਪਣਾ ਅੰਤਮ ਮੇਲਾ ਵੀ ਉਥੇ ਬਤੀਤ ਕੀਤਾ ਦੇਸ਼ ਦੁਨੀਆ ਵੀ ਬਥੇਰੀ ਗਾਈ ਉਹਨਾਂ ਨੇ ਜੀ ਤੇ ਹਸਨਪੁਰ ਪਿੰਡ ਦੇ ਵਿੱਚ ਰਹਿੰਦੇ ਆ ਨਾਲ-ਨਾਲ ਸ਼ੁਰੂ ਚੋਂ ਚਿੱਤਰਕਾਰੀ ਕਰਦੇ ਸੀ अच्छा जी बोर्ड लिखਦੇ ਹੁੰਦੇ ਸੀ ਫੱਟੇ ਫਿਲਮਾਂ ਦੇ ਖਾਸ ਕਰਕੇ ਸਿਨੇਮਿਆਂ ਦੇ ਮੂਰੇ ਵੀ ਆ ਕਿਹੜੀ ਫਿਲਮ ਲੱਗੀ ਹੈ ਕਿਹੜੀ ਫਿਲਮ ਲੱਗੀ ਹੈ ਤੇ ਇੱਕ ਦਿਨ ਉਹ ਆਇਆ ਕਿ ਉਸ ਬੰਦੇ ਨੇ ਫਿਲਮਾਂ ਬਣਾਈਆਂ ਤੇਰੀ ਮੇਰੀ ਇੱਕ ਜਿੰਦੜੀ ਦਾਜ ਹੋਰ ਕਈ ਫਿਲਮਾਂ ਬਣਾਈਆਂ ਤੇ ਇੱਕ ਵੱਡਾ ਗੀਤਕਾਰ ਵੱਡਾ ਸ਼ਾਇਰ ਦੇ ਰੂਪ ਚ ਸਾਡੇ ਸਾਹਮਣੇ ਆਇਆ ਹੈ ਇੰਦਰਜੀਤ ਹਸਨਪੂਰੀ ਜੀ ਸੋ ਉਹਨਾਂ ਦਾ ਜਿਹੜਾ ਸਫ਼ਰ ਹੈ ਕਦੋਂ ਤੋਂ ਸ਼ੁਰੂ ਹੋਇਆ ਕੋਈ ਸਾਲ ਕੋਈ ਕੋਈ ਉਦੋਂ ਦੀ ਕੋਈ ਇਹੋ ਜੀ ਗੱਲ ਜਿਸ ਨਾਲ ਤੁਸੀਂ ਰਿਲੇਟ ਕਰ ਸਕੋ ਉਹ ਨਾ 16 ਸਾਲ ਦੀ ਉਮਰ ਦੇ ਵਿੱਚ ਲਿਖਣ ਲੱਗੇ ਸੀ ਤੇ ਉਹਨਾਂ ਦੇ ਗੀਤ ਬੱਚੇ-ਬੱਚੇ ਨੇ ਸੁਣਿਆ ਮੈਂ ਸਵੇਰੇ ਲੱਭੀ ਜਾਂਦਾ ਸੀਗਾ ਕਾਫੀ ਜੀ ਤੇ ਕੁਛ ਇੱਕ ਮੈਨੂੰ ਲੱਭੇ ਬੋਤਾ ਹੌਲੀ ਤੌਰ ਮਿੱਤਰਾਵੇ ਮੇਰਾ ਨਰਮ ਕਾਲ ਜਾਂ ਧੜਕੇ ਜੀ ਇਧਰ ਕਣਕਾਂ ਉਧਰ ਕਣਕਾਂ ਹੋਇਆ ਕੀ ਏ ਕੁੜੀ ਜੇ ਤੂੰ ਦਿੱਲੀ ਸ਼ਹਿਰ ਦੀ ਨਹੀਂ ਮੈਂ ਜੱਟ ਲੁਧਿਆਣੇ ਦਾ ਸਾਰਿਆਂ ਨੇ ਸੁਣਿਆ ਚਰਨਗਰੇਵਾਲ ਤੇ ਹਾਂ ਸਰੇਂਦਰ ਕੌਰ ਗੌਂਦੇ ਹੁੰਦੇ ਹੁੰਦੇ ਸੀ ਲੱਕ ਹਿੱਲੇ ਮਜਾਜਣ ਜਾਂਦੀ ਦਾ ਜੇ ਮੁੰਡਿਆ ਤੂੰ ਮੇਰੀ ਤਗਰਵੇ ਵੇਖਣੀ ਹੈ ਗੜਵਾ ਲੈ ਦੇ ਚਾਂਦੀ ਦਾ ਤੇ ਉਹ ਘਰ ਦਾ ਨਾਂ ਵੀ ਉਹਨਾਂ ਨੇ ਗੜਵਾ ਚਾਂਦੀ ਦਾ ਰੱਖਿਆ ਔਰ ਉਹਦੇ ਉੱਤੇ ਨਾ ਗੜਵਾ ਬਣਾਇਆ ਸੀ ਅੱਛਾ ਤੇ ਜਦੋਂ ਉਹਨਾਂ ਦੀ ਡੈਥ ਹੋਈ ਫਿਰ ਮੈਂ ਲੇਖ ਲਿਖਿਆ ਸੀ ਚਾਂਦੀ ਦਾ ਗੜਵਾ ਉਦਾਸ ਹੈ ਮੇਰੀ ਕਿਤਾਬ ਚ ਵੀ ਛਪਿਆ ਮੋਏ ਮਿੱਤਰਾਂ ਦਾ ਮੋਹ ਚ ਹੋਰ ਕਈ ਪਾਸੇ ਜੀ ਇਕੋ ਨਾ ਗੀਤ ਸੀ ਸਾਧੂ ਹੁੰਦੇ ਰੱਬ ਵਰਗੇ ਢੰਡ ਕੱਢ ਕੇ ਖੈਰ ਨਾ ਪਾਈਏ ਅੱਛਾ ਜੀ ਤੇ ਦੇਵਤਰੀ ਕਿਆਂ ਵਾਲੇ ਨੇ ਇਹ ਗੀਤ ਜਦ ਸੁਣਿਆ ਤੇ ਉਹਨਾਂ ਕੋ ਗਿਆ ਕਹਿੰਦਾ ਮੈਂ ਤਾਂ ਆਪ ਗੀਤ ਲਿਖਣੇ ਆ ਮੈਨੂੰ ਤਾਂ ਆਪ ਸ਼ੌਕ ਪੈਦਾ ਹੋ ਗਿਆ ਤੁਹਾਡਾ ਗੀਤ ਸੁਣ ਕੇ ਤੇ ਮੈਨੂੰ ਦੱਸੋ ਹਸਨਪੂਰੀ ਜੀ ਨੇ ਗਾ ਯਮਲਾ ਜੀ ਕੋਲ ਭੇਜਤਾ ਮੈਂ ਇਹ ਗੀਤ ਅੰਦਾ ਗੋਰ ਲੈਣ ਵਾਸਤੇ ਤੇ ਯਮਲਾ ਜੀ ਉਹਨੇ ਨਰਿੰਦਰ ਬੀਬਾ ਕੋਲ ਭੇਜਤਾ ਦੇਵਤਰੀ ਕਿਆਂ ਵਾਲੇ ਨੇ ਇਹ ਗੱਲ ਮੈਨੂੰ ਆਪ ਦੱਸੀ ਸੀ ਜੀ ਦੇਖੋ ਕੁਲਦੀਪ ਜੀ ਅੱਜ ਪ੍ਰਵਾਸ ਹੋ ਰਿਹਾ ਸਾਡਾ ਬੱਚਾ ਦੇਸ਼ ਪ੍ਰਦੇਸ਼ ਨੂੰ ਜਾ ਰਿਹਾ ਪੰਜਾਬ ਖਾਲੀ ਹੋ ਰਿਹਾ ਤੇ ਹਸਨਪੂਰੀ ਨੇ ਕਿਹੜੇ ਵੇਲਿਆਂ ਚ ਲਿਖਤਾ ਸੀ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲ ਲੇਖ ਜਾਣਗੇ ਨਾਲੇ ਤੇ ਉਹਨੇ ਬਹੁਤ ਬੰਦੇ ਲੱਭ ਲੱਭ ਕੇ ਲਿਆਂਦੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਚਾਂਦੀਰਾਮ ਲੈ ਜਾ ਛੱਲੀਆਂ ਪਣਾ ਲੈਂਦਾ ਨੇ ਮਿੱਤਰਾ ਦੂਰ ਦੇਆ ਤੇਰੀ ਖੁਸ਼ਕ ਮੱਕੀ ਦੇ ਦਾਣੇ ਵੀ ਮਿੱਤਰਾ ਨੇ ਨਹੀਂ ਹੋ ਚੱਪਣੇ ਅੱਛਾ ਜੀ ਉਹ ਲੱਭ ਕੇ ਲਿਆਇਆ ਔਰ ਉਹ ਖੱ쩌 ਰੇੜਾ ਵਾਉਂਦਾ ਸੀ ਚਾਂਦੀਰਾਮ ਚਾਂਦੀਰਾਮ ਕਿਉਂਕਿ ਇਧਰੋਂ ਬਲੀਪੁਰ ਆ ਕੇ ਜ਼ਮੀਨ ਅਲਾਟ ਹੋਈ ਲੁਧਿਆਣੇ ਕੋਲੇ ਅੱਛਾ ਤੇ ਪਿੰਡੋਂ ਖੱ쩌ੜ ਜਿਹੜਾ ਆਉਂਦਾ ਸੀ ਕਿਸੇ ਨੇ ਦੱਸਿਆ ਵੀ ਇਹ گاਉਂਦਾ ਤੇ ਫਿਰ ਉਹ ਨਿਕਲ ਪੌਲਿਸ਼ ਸਾਈਕਲ ਦੀ ਕੰਪਨੀ ਚ ਉੱਥੇ ਪੌਲਿਸ਼ ਪੌਲਿਸ਼ ਕਰਨ ਲੱਗ ਗਿਆ ਸਾਈਕਲਾਂ ਨੂੰ ਅੱਛਾ ਜੀ ਉਹ ਹਸਨਪੁਰੀ ਉਹਨੇ ਉੱਥੋਂ ਲੱਭਿਆ ਨੂੰ ਫਿਰ ਆ ਗੀਤ ਲਿਖ ਕੇ ਦਿੱਤਾ ਫਿਰ ਸ਼ਾਂਤੀ ਦੇਵੀ ਨੇ ਤੇ ਨੇ ਰਿਕਾਰਡ ਕਰਾਇਆ ਚੰਮ ਵਿੱਚ ਇਹ ਦੁਗਾਣਾ ਫਿਰ ਚਾਂਦੀ ਰਾਮ ਦੀ ਚੜ ਮੱਚੀ ਬੜਾ ਮਸ਼ਹੂਰ ਹੋਇਆ ਉਹ ਇਹ ਗੀਤ ਇੰਨਾ ਚੜਿਆ ਇੰਨਾ ਚੜਿਆ ਕਿ ਮਤਲਬ ਚਾਂਦੀ ਰਾਮ ਦੀ ਤੇ ਸ਼ਾਂਤੀ ਦੇਵੀ ਦੀ ਜੋੜੀ ਦੀ ਪਛਾਣ ਪੰਜਾਬ ਦੇ ਵਿੱਚ ਦੁਗਾਣਾ ਗਾਉਣ ਵਾਲੀ ਜੋੜੀ ਉਦੋਂ ਜਦੋਂ ਸੁਦੀਖ ਹੋਰੀ ਬਣੀ ਆਏ ਸੀ ਸਭ ਤੋਂ ਵੱਧ ਪਾਪੂਲਰ ਜਿਹੜੀ ਹੈ ਇਹ ਹੋਈ ਤੇ ਕਰਵਾਈ ਇੰਦਰਜੀਤ ਹਸਨਪੁਰੀ ਨੇ ਸੋ ਬੇਸਿਕਲੀ ਤੁਸੀਂ ਬੜੀ ਪੁਰਾਣੀ ਗੱਲ ਕੀਤੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਗਰ ਤੁਸੀਂ ਕੋਈ ਸੂਚੀ ਦੇ ਤੌਰ ਤੇ ਕੋਈ ਨਾਂ ਵਿੱਚ ਰਹਿ ਵੀ ਜਾਵੇ ਚਲੋ ਕੋਈ ਨਹੀਂ ਕਿੰਨੇ ਇੱਕ ਗਾਇਕਾਂ ਨੇ ਇਹਨਾਂ ਦੇ ਗੀਤ ਗਾਏ ਮੈਂ ਤਾਂ ਹੈਰਾਨ ਐ ਇਹਨਾਂ ਦੇ ਗੀਤ ਗਾਉਣ ਵਾਲੇ ਜਿਹੜੇ ਸੀ ਨਾ ਆ ਦੇਖੋ ਐਡੀ ਵੱਡੀ ਸੂਚੀ ਐ ਜੀ ਔਰ ਇਹਨਾਂ ਦੀ ਪੂਰੀ ਜੀਵਨੀ ਦੇ ਉੱਤੇ ਕਿਤਾਬ ਬਣ ਸਕਦੀ ਐ ਜੀ ਮੁਹੰਮਦ ਰਫੀ ਸਾਹਿਬ ਨੇ ਨੂਰ ਜਹਾਨ ਨੇ ਆਸ਼ਾ ਪੌਂਸਲੇ ਨੇ ਸ਼ਮਸ਼ਾਦ ਬੇਗਮ ਨੇ ਸ੍ਰਿੰਦਰ ਕੌਰ ਨੇ ਹਰਚਰਨ ਗਰੇਵਾਲ ਨੇ ਅਨਰਾਧਾ ਪਾਉੜਵਾਲ ਨੇ ਮਲਕੀਤ ਸਿੰਘ ਤੂਤਕ ਤੂਤੀਆਂ ਨੇ ਦਲराज ਕੌਰ ਨੇ ਹੰਸ ਰਾਜ ਹੰਸ ਨੇ ਆសា ਸਿੰਘ ਮਸਤਾਨਾ ਨੇ ਮਹਿੰਦਰ ਕਪੂਰ ਨੇ ਨਰਿੰਦਰ ਬੀਬਾ ਨੇ ਜਗਮਉਨ ਕੌਰ ਨੇ ਜਗਜੀਤ ਸਿੰਘ ਚਿਤਰਾ ਸਿੰਘ ਨੇ ਅਨੂਪ ਜਲੋਟਾ ਨੇ ਪినాਜ਼ ਮਸਾਨੀ ਨੇ ਸਵਰਨ ਲਤਾ ਨੇ ਸੁਖਵਿੰਦਰ ਈਲੋਈ ਲੋਵਾਲੇ ਨੇ ਐਸ ਮਹਿੰਦਰ ਨੇ ਨਰਿੰਦਰ ਚੰਚਲ ਨੇ ਕ੍ਰਿਸ਼ਨਾ ਕਲੇ ਮੰਨਾਡੇ ਗੁਰਦਾਸ ਮਾਨ ਜਸਪਿੰਦਰ ਨਰੂਲਾ ਗਰਮੀਤ ਬਾਵਾ ਮਮਦ ਸਦੀਕ ਸਤਵਿੰਦਰ ਬੀਟੀ ਰਮਤਾ ਚਾਂਦੀ ਰਮਤਾ ਮੈਂ ਦੱਸ ਹੀ ਦਿੱਤਾ ਮਾਨਕ ਤੇ ਜੱਗਾ ਬਹੁਤ ਲੰਬੀ ਸੂਚੀ ਹੈ ਜੀ ਬੜੀ ਹੋਰ ਬੜਿਆਂ ਦੀ ਲਿਸਟ ਹੈ ਤੇ ਮਾਹੌਲ ਠੀਕ ਜਿਹੜੀ ਜਸਪਾਲ ਪੱਟੀ ਦੀ ਫਿਲਮ ਸੀ ਉਹਦੇ ਵਾਸਤੇ ਇਹਨਾਂ ਨੇ ਗੀਤ ਲਿਖੇ ਸੀ ਬੜੀ ਵੱਡੀ ਰੇਂਜ ਹੈ ਬਹੁਤ ਬਹੁਤ ਇੱਕ ਲੀਜੈਂਡ ਸੀ ਬੰਦਾ ਜਿਨਨੇ ਸਿਰਫ ਬੋਲ ਲਿਖਣ ਤੋਂ ਸ਼ੁਰੂ ਕਰਕੇ ਕਵਿਤਾ ਤੇ ਗੀਤ ਇੱਕ ਇਹਨਾਂ ਦੀ ਕਵਿਤਾ ਦੀ ਕਿਤਾਬ ਆ ਬੜੀ ਪਿਆਰੀ ਹੈ ਕਿੱਥੇ ਗਏ ਉਹ ਦਿਨ ਉਹ ਅਸਲਮ ਹੂੰ ਉਹ 47 1947 ਦੀ ਵੰਡ ਹੁੰਦੀ ਹੈ ਤੇ ਜਿਹੜਾ ਪਿੰਡ ਦੇ ਵਿੱਚ ਇੱਕ ਮੁਸਲਮਾਨਾਂ ਦਾ ਮੁੰਡਾ ਅਸਲਮ ਇਹਦਾ ਮਿੱਤਰ ਆ ਉਹਦੇ ਨਾਲ ਉਹ ਖੇਡਦਾ ਤੇ ਉਹ ਖੇਡਾਂ ਨੂੰ ਯਾਦ ਕਰਕੇ ਪਿਛਲੀ ਉਮਰ ਚ ਹੰਝੂ ਭਰ ਕੇ ਦੇਸ਼ ਦੀ ਵੰਡ ਤੋਂ ਬਾਅਦ ਵਤਨ ਨੂੰ ਯਾਦ ਕਰਨਾ ਦੋਸਤਾਂ ਨੂੰ ਯਾਦ ਕਰਨਾ ਤੇ ਫਿਰ ਉਹਨੂੰ ਸੰਬੋਧਨ ਹੋ ਕੇ ਕਿਤਾਬ ਲਿਖਣੀ ਕਿ ਕਿੱਥੇ ਗਏ ਦਿਨ ਉਹ ਅਸਲਮ ਇਹ ਬੜੀ ਵੱਡੀ ਬੜੀ ਚਰਚਿਤ ਕਿਤਾਬ ਸੋ ਤੁਸੀਂ ਉਹਨਾਂ ਨੂੰ ਕਦੋਂ ਮਿਲੇ ਉਹਨਾਂ ਦਾ ਤਾਂ ਬੜਾ ਪੁਰਾਣਾ ਸਫ਼ਰ ਹੈ ਤੇ ਤੁਸੀਂ ਤੇ ਅਜੇ ਇੰਨੀ ਤੁਹਾਡੀ ਉਮਰ ਨਹੀਂ ਫਿਰ ਮੈਂ ਤਾਂ ਉਹਨਾਂ ਦੇ ਕਦੋਂ ਕਦੋਂ ਤੋਂ ਜਾਣਦੇ ਹਾਂ ਉਹਨਾਂ ਦੇ ਮੁੰਡਿਆਂ ਦੀ ਉਮਰ ਤੋਂ ਵੀ ਛੋਟਾ ਮੈਂ ਅੱਛਾ ਜੀ ਤੇ ਮੈਨੂੰ ਅੱਜ ਤੁਸੀਂ ਇਹ ਸਵਾਲ ਕਰਕੇ ਮੇਰੇ ਪਿੱਛੇ ਅਤੀਤ ਜਿਹੜਾ ਬੀਤ ਗਿਆ ਉਹਦੇ ਵੱਲ ਮੋੜਾ ਦੇਤਾ ਸਾਡੇ ਪਿੰਡ ਕੋਲ ਇੱਕ ਗੋਲੇ ਵਾਲਾ ਪਿੰਡ ਹੈ ਅੱਛਾ ਜੀ ਤੇ 1992 ਦਾ ਸਾਲ ਸੀ ਤੇ ਉਸ ਪਿੰਡ ਦੇ ਵਿੱਚ ਉਸਤਾਦ ਯਮਲੇ ਜੱਟ ਦਾ ਬੋਤ ਲੱਗਣਾ ਸੀ ਅੱਛਾ ਜੀ ਤੇ ਉਸ ਦਿਨ ਦੇ ਉੱਤੇ ਬੁੱਤ ਲਾਇਆ ਸੀ ਸਹਿਤ ਸਭਾ ਨੇ ਤੇ ਉੱਥੇ ਦੇਖੋ ਕਿਹੜੀਆਂ-ਕਿਹੜੀਆਂ ਹਸਤੀਆਂ ਆਈਆਂ ਸੀ ਤੇ ਮੈਂ ਬਹੁਤ ਨਿੱਕਾ ਜਿਆ ਸੀ ਤੁੰਬੀ ਨਾਲ ਮੈਂ ਗਾਉਂਦਾ ਹੁੰਦਾ ਸੀ ਉਸਤਾਦ ਦਾ ਚੇਲਾ ਬਣ ਗਿਆ ਸੀ 88 ਚ ਲਾਲਚੰਦ ਜੀ ਦਾ ਉੱਥੇ ਸੰਤ ਸਿੰਘ ਸੇਖੋਂ ਬਾਬਾ ਬੋਰਡ ਜੀ ਪ੍ਰਿੰਸੀਪਲ ਪ੍ਰਿੰਸੀਪਲ ਫਿਰ ਜਸਵੰਤ ਸਿੰਘ ਕਮਲ ਨਾਵਲਕਾਰੀ ਦੇ ਬਾਬਾ ਬੋਰਡ ਫਿਰ ਦੇਵ ਤ੍ਰਿਕਿਆਂ ਵਾਲਾ ਤੇ ਹਸਨਪੂਰੀ ਇਹ ਉੱਥੇ ਉੱਚੇ ਚੇਤਤੌਰ ਤੇ ਬਾਬਾ ਬੋੜ ਜਗਦੇਵ ਸਿੰਘ ਜਸੋਵਾਲ ਇਹ ਜੀਤ ਗੋਲੇ ਵਾਲੀਆਂ ਹੋਰਾਂ ਨੇ ਪ੍ਰੋਗਰਾਮ ਕਰਾਇਆ ਸੀ ਅਸਲ ਚ ਨਾ ਮੈਂ ਕਹਿ ਬੈਠਾ ਇਹ 우ਸਤਾਦ ਜਮਲਾ ਜੱਟ ਦਾ ਬਹੁਤ ਨਹੀਂ ਸੀ ਇਹ ਦਿਦਾਰ ਸੰਧੂ ਦਾ ਬਹੁਤ ਲੱਗਣਾ ਸੀ ਦਿਦਾਰ ਸੰਧੂ ਦਾ ਉੱਥੇ ਇੰਨਾ ਇਕੱਠ ਹੋਇਆ ਬੜਾ ਇਕੱਠ ਹੋਇਆ ਤੇ ਮੈਂ ਪਿੰਡਾਂ ਦਾ ਮੁੰਡਾ ਸੀ ਗਵਾਂਢੀ ਪਿੰਡ ਸੀ ਤੇ ਮੈਂ ਤੂੰ ਵੀ ਝੋਲੇ ਚ ਪਾ ਕੇ ਦੇਸੀ ਜਿਹਾ ਝੋਲਾ ਚਪਲਾਂ ਪਾਈਆਂ ਕੁਰਤਾ ਪਜਾਮਾ ਪਾਇਆ ਪੱਗ ਬੰਨੀ ਵੀ ਤੇ ਮੈਂ ਉਸ ਪ੍ਰੋਗਰਾਮ ਚ ਚਲਾ ਗਿਆ ਤੇ ਉੱਥੇ ਸਟੇ ਸੈਕਟਰੀ ਸੀ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਆ ਆਮ ਆਦਮੀ ਪਾਰਟੀ ਦੇ ਰਹੇ ਫਰੀਦਕੋਟ ਤੋਂ ਪ੍ਰੋਫੈਸਰ ਕਵੀ ਵੀ ਐ ਸਾਧੂ ਸਿੰਘ ਜੀ ਅੱਛਾ ਜੀ ਉਹ ਸਟੇ ਸੈਕਟਰੀ ਸੀ ਮੈਨੂੰ ਥੋੜਾ ਜਾਂੰਦੇ ਸੀ ਉਹਨਾਂ ਨੇ ਮੈਨੂੰ ਸਟੇਜ ਤੇ ਸੱਦਿਆ ਕਿ ਨਰਿੰਦਰ ਸਿੰਘ ਨਿੰਦਾ ਹੁਣ ਯਮਲਾ ਜੀ ਦਾ ਚੇਲਾ ਤੁਹਾਨੂੰ ਕੋਈ ਗੀਤ ਸੁਣਾਊਗਾ ਅੱਛਾ ਜੀ ਤੇ ਮੈਂ ਢੋਲ ਤੂੰ ਵੀ ਦੇ ਨਾਲ ਤੇ ਇੱਕ ਮੁੰਡੇ ਨੇ ਉਹ ਮੁੰਡਾ ਵੀ ਕੌਣ ਸੰਦੀਪ ਅਖਤਰ ਦਲਸ਼ਾਦ ਅਖਤਰ ਦਾ ਕਜ਼ਨ ਅੱਛਾ ਜੀ ਉਹ ਵੀ ਗਾਉਣ ਆਇਆ ਉਹ ਉੱਥੇ ਬੈਠਾ ਤੇ ਢੋਲਕੀ ਪਾਈ ਸੀ ਜਦੋਂ ਮੈਂ ਤੂੰਬੇ ਤੇ ਗਾਉਣਾ ਸ਼ੁਰੂ ਕੀਤਾ ਤੇ ਤੂੰਬੇ ਨੂੰ ਤਾਲ ਦੀ ਲੋੜ ਸੀ ਠੇਕੇ ਦੀ ਲੋੜ ਸੀ ਹਮਮ ਤੇ ਉਹਨੇ ਦੇਖ ਲਿਆ ਉਹ ਮੀਰ ਆਲਮਾ ਦਾ ਮੁੰਡਾ ਸੀ ਵੀ ਹੁਣ ਖਾਲੀ ਤੂੰਬਾ ਖਾਲੀ ਪੇੜਾ ਉਹਨੇ ਪੇੜ ਭਰਨ ਵਾਸਤੇ ਢੋਲ ਕੀ ਪਈ ਸੀ ਤੇ ਨਾਲ ਟਕ 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 ਇਹ ਉਹਨੇ ਤਾਲ ਦੇਤਾ ਤੇ ਮੈਂ ਉੱਥੇ ਗਾਇਆ ਜੰਗ ਵਿੱਚ ਜਾ ਕੇ ਜੀਤ ਸਿੰਘ ਮਾਰੇ ਲਲਕਾਰੇ ਆ ਜਾਓ ਮੇਰੇ ਸਾਹਮਣੇ ਤੁਸੀਂ ਤੁਰਕੋ ਸਾਰੇ ਤੇ ਹਸਨਪੂਰੀ ਬੈਠਾ ਖੁਸ਼ ਹੋਈ ਜਾਵੇ ਵੀ ਨਿੱਕਾ ਜਿਹਾ ਮੁੰਡਾ ਤੇ ਜਮਲੇ ਜੱਟ ਦੀ ਆਵਾਜ਼ ਚੋਂ ਮੈਂ ਉਹਦਾ ਸ਼ੈਲੀ ਚ ਗਾ ਰਿਹਾ ਯਦਮਾ ਗਾਕੇ ਥੱਲੇ ਜਾਣ ਲੱਗਾ ਉਹਨੇ ਮੈਨੂੰ ਆਵਾਜ਼ ਮਾਰ ਕੇ ਤੇ ਘੁੱਟ ਕੇ ਜੱਫੀ ਪਾ ਲਈ ਤੇ ਕਹੇ ਬੜਾ ਪਿਆਰ ਕੀਤਾ ਤੇ ਇਹ ਮੇਰੀ ਪਹਿਲੀ ਮੁਲਾਕਾਤ ਸੀ ਤੇ ਉਦੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਜਿੰਨਾ ਚਿਰ ਉਹ ਇਸ ਜਹਾਨ ਤੋਂ ਗਏ ਦੀ ਫਿਰ ਸਾਡੀਆਂ ਮੁਲਾਕਾਤਾਂ ਦਾ سلسلہ ਤਾਂ ਜਾਰੀ ਉਹ ਕਿੱਥੇ ਹੁੰਦੀਆਂ ਰਹੀਆਂ ਜੀ ਉਹ ਫਿਰ ਜਦੋਂ ਸਹਿਦ ਸੁਭਾਵਾਂ ਚ ਆਉਂਦੇ ਹੁੰਦੇ ਅੱਛਾ ਜੀ ਜਾਂ ਜਸੋਵਾਲ ਦੇ ਘਰ ਆਉਂਦੇ ਹੁੰਦੇ ਜਾਂ ਉਹ ਪੰਜਾਬੀ ਭਵਨ ਦੇ ਵਿੱਚ ਆਉਂਦੇ ਹੁੰਦੇ ਤੇ ਸਹਿਦ ਸੁਭਾਵਾਂ ਚ ਆ ਕੇ ਉਹ ਕਵਿਤਾ ਪੜ੍ਹਦੇ ਤੇਰਾ ਨਹੀਂ ਉਹ ਜੱਗ ਤੇ ਜਵਾਬ ਨਹੀਂ ਪੰਜਾਬ ਨੇ ਗੀਤ ਪੜ੍ਹਦੇ ਪੀਲਾ ਸੂਟ ਪਾ ਕੇ ਤੂੰ ਸਰੋਂ ਦਾ ਫੁੱਲ ਲੱਗਦੀ ਐ ਲਾਲ ਪਾ ਕੇ ਲੱਗਦੀ ਗੁਲਾਬ ਨਹੀਂ ਪੰਜਾਬਣੇ ਤੇਰਾ ਨਹੀਂ ਹੋ ਜਗ ਤੇ ਜਵਾਬ ਨਹੀਂ ਪੁਜਾ ਫਿਰ ਆਸ਼ਾਸ਼ ਕਰਦੇ ਸੀ ਲੋਕ ਫਿਰ ਉਹ ਮਿਲਦੇ ਹੀ ਰਹਿੰਦੇ ਸੀ ਹੋਰ ਮੈਂ ਤੁਹਾਨੂੰ ਦੱਸੂਗਾ ਕਿੱਥੇ ਕਿੱਥੇ ਅਸੀਂ ਕਿਵੇਂ ਕਿਵੇਂ ਮਿਲਦੇ ਰਹੇ ਜੀ ਇੱਕ ਇਹ ਦੱਸੋ ਕਿ ਤੁਸੀਂ ਮੈਨੂੰ ਦੱਸਦੇ ਸੋ ਕਿ ਇੱਕ ਚਿੱਠੀ ਉਹਨਾਂ ਨੇ ਲਿਖੀ ਹਾਂ ਜਿਸ 16 ਸਾਲ ਬਾਅਦ ਨੇ ਤੇ ਉਹਨਾਂ ਨੇ ਤੁਹਾਡੇ ਬਾਬਤ ਉਹ ਕੀ ਚਿੱਠੀ ਸੀ ਇਹ ਨਾ 1992 93 ਦੀ ਗੱਲ ਹੋਣੀ ਹੋ ਸਕਦਾ 94 ਦੀ ਹੋਵੇ ਮੇਰੇ ਖਿਆਲ ਆਪਾਂ ਇੱਕ ਬ੍ਰੇਕ ਲੈ ਲਈਏ ਲੈ ਲੈਂਦੇ ਆ ਇੱਕ ਬ੍ਰੇਕ ਤੋਂ ਬਾਅਦ ਗੱਲ ਕਰਦੇ ਆ ਤੇ ਇੱਕ ਬੜੇ ਇੰਟਰਸਟਿੰਗ ਕਿਸੇ ਨੇ ਜਿਹੜੇ ਅਸੀਂ ਅੱਜ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਨੇ ਨੇ ਸੋ ਬੜਾ ਲੰਬਾ ਸਫ਼ਰ ਹੈ ਔਰ ਮੈਂ ਸਮਝਦਾ ਕਿ ਅਸੀਂ ਇਹ ਇਹਨਾਂ ਇਹ ਜਿਹੜੇ ਸਾਡੇ ਮਹਾਨ ਲੋਕ ਹੋਏ ਨੇ ਇਹਨਾਂ ਦੀ ਯਾਦ ਵੀ ਕਰ ਰਹੇ ਤੇ ਇੱਕ ਕਿਸਮ ਦਾ ਉਹਨਾਂ ਦਾ ਇਹ ਇੱਕ ਜਿਹੜਾ ਉਹਨਾਂ ਦੇ ਬਾਰੇ ਕੁਝ ਖਾਸ ਗੱਲਾਂ ਨੇ ਉਹ ਦਰਸ਼ਕਾਂ ਤੱਕ ਪਹੁੰਚਾ ਕੇ ਇਹਨਾਂ ਨੂੰ ਭਵਿਕ ਵਾਸਤੇ ਸਾਂਭ ਕੇ ਵੀ ਰੱਖ ਰਹੇ ਸੋ ਮਿਲਦੇ ਆ ਜੀ ਇੱਕ ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋਵਾਂਗੇ ਬੋਲ ਬੈਕ ਕੇ ਸੁਣ ਸੱਜਣਾ ਪ੍ਰੋਗਰਾਮ ਵਿੱਚ ਫਿਰ ਤੋਂ ਆਪ ਜੀ ਦਾ ਸਵਾਗਤ ਨਿੰਦਰ ਜੀ ਜਿਵੇਂ ਮੈਂ ਗੱਲ ਕੀਤੀ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਗਦੇਵ ਸਿੰਘ ਜਸਵਾਲ ਤੇ ਅੰਦਰਜੀਤ ਹਸਨਪੁਰ ਜੀ ਨੇ ਤੁਹਾਡੇ ਬਾਬਤ ਕੋਈ ਚਿੱਠੀ ਲਿਖੀ ਹਾਂ ਉਹ ਕੀ ਚਿੱਠੀ ਸੀ ਤੇ ਕਿਹਨੂੰ ਲਿਖੀਓ ਹਾਂ ਮੈਂ ਨਾ ਰੇਡੀਓ ਤੇ ਗਾਉਣਾ ਚਾਹੁੰਦਾ ਸੀ ਅੱਛਾ ਬਠਿੰਡਾ ਰੇਡੀਓ ਸਟੇਸ਼ਨ ਸ਼ੁਰੂ ਹੋ ਚੁੱਕਾ ਸੀ ਉੱਥੋਂ ਮੈਂ ਪ੍ਰੂਵ ਹੋ ਗਿਆ ਅੱਛਾ ਜੀ ਉੱਥੇ ਮੈਂ 1992 ਚ ਗਾ ਵੀ ਆਇਆ ਤੁੰਬੀ ਨਾਲ ਹਮ ਹਮ ਉਸ ਤੋਂ ਬਾਅਦ ਮੇਰੀ ਇੱਛਾ ਸੀ ਕਿ ਮੈਂ ਹੁਣ ਜਲੰਧਰ ਰੇਡੀਓ ਤੇ ਜਾ ਕੇ ਗਾਵਾਂ ਹਮ ਹਮ ਤੇ ਉੱਥੇ ਮੇਰੀ ਕੋਈ ਜਾਣ ਪਛਾਣ ਨਹੀਂ ਸੀ ਵੀ ਮੈਂ گاਵਾ ਕਿਵੇਂ ਕੀ ਪ੍ਰੋਸੈਸ ਹੈ ਕੀ ਪ੍ਰੋਸੀਜਰ ਹੈ ਤੇ ਜਸਵਾਲ ਸਾਹਿਬ ਤੇ ਹਸਨਪੂਰੀ ਬੈਠੇ ਸੀ ਘਰੇ ਤੇ ਮੈਂ ਝੋਲੇ ਚ ਤੂੰ ਵੀ ਪਾ ਕੇ ਉੱਥੇ ਜਾ ਪਹੁੰਚਿਆ ਲੁਧਿਆਣੇ ਗੁਰਦੇਵ ਨਗਰ ਜਿੱਥੇ ਜਸਵਾਲ ਸਾਹਿਬ ਦਾ ਘਰ ਸੀ ਆਲਣਾ ਕਲਾਕਾਰਾਂ ਦਾ ਜੀ ਮੈਂ ਅੱਜ ਹੀ ਮੈਂ ਜਲੰਧਰ ਜਾਣਾ ਰੈਡੀ ਹੋ ਤੇ ਜਾਉਣਾ ਕੱਲ ਨੂੰ ਉੱਥੇ ਮੈਂ ਚਿੱਠੀ ਪਾ ਕੇ ਤੇ ਉਹਨਾਂ ਤੋਂ ਲਈ ਇੰਟਰਵਿਊ ਵਾਸਤੇ ਟਾਈਮ ਕੱਲ ਨੂੰ ਇੰਟਰਵਿਊ ਹੋਣੀ ਤੇ ਮੇਰੀ ਤੇ ਜਾਣ ਪਛਾਣ ਨਹੀਂ ਮੈਨੂੰ ਕਿਸੇ ਨੇ ਪੁੱਛਣਾ ਨਹੀਂ ਹਸਨਪੂਰੀ ਕਹਿੰਦਾ ਵੀ ਉੱਥੇ ਬਲਵੀਰ ਸਿੰਘ ਕਲਸੀ ਆ ਅੱਛਾ ਜੀ ਉਹਨੇ ਤੈਨੂੰ ਛੱਡਣਾ ਹੀ ਨਹੀਂ ਕਿਉਂਕਿ ਤੂੰ ਚੇਲਾ ਲਾਲਚੰਦ ਦਾ ਤੇ ਤੂੰ ਵੀ ਤੇ ਗਾਉਣਾ ਤੇਰੇ ਵਰਗੇ ਮੁੰਡੇ ਹੁਣ ਕਿੱਥੇ ਤੂੰ ਵੀ ਤੇ ਗਾਉਣ ਵਾਲੇ ਰਹਿ ਗਏ ਹੁਣ ਤਾਂ ਆ ਦੂਜੇ ਤੁਰੇ ਫਿਰਦੇ ਆ ਡਾਂ ਡਾਂ ਢੀਂ ਢੀਂ ਵਾਲੇ ਹਮ ਤੇ ਤੂੰ ਇੱਕ ਚਿੱਠੀ ਤੈਨੂੰ ਬਣਾ ਦਿੰਨੇ ਆ ਅੱਛਾ ਜੀ ਤੇ ਜਸੋਵਾਲ ਕਹਿੰਦਾ ਚਿੱਠੀ ਹਸਨਪੂਰੀ ਤੂੰ ਮੇਰੀ ਪੈੜ ਤੇ ਲਿਖ ਵੀ ਇਹ ਮੁੰਡੇ ਦੀ ਕਲਾ ਦੀ ਕਦਰ ਪਾਈ ਜਾਵੇ ਨਿਰਾਸ਼ ਨਾ ਹੋ ਜਾਵੇ ਹਸਨਪੂਰੀ ਸਾਹਿਬ ਕਾਲੇ ਪੈਨ ਨਾਲ ਚਿੱਠੀ ਲਿਖ ਰਹੇ ਜਸਸੋਵਾਲ ਸਾਹਿਬ ਦੇ ਲੈਟਰ ਪੈਡ ਤੇ ਤੇ ਮੈਂ ਬੈਠਾ ਵੇਖ ਰਿਹਾ ਅ ਕਮਾਲ ਦੀ ਲਿਖਾਈ ਸੁੰਦਰ ਮੋਤੀਆਂ ਵਰਗੀ ਤੇ ਫਿਰ ਮੈਂ ਸੋਚਿਆ ਕਿ ਇਹ ਪੰਜਾਬੀ ਦਾ ਵੱਡਾ ਗੀਤਕਾਰ ਹੈ ਤੇ ਕਿੰਨੀ ਸੋਹਣੀ ਸੁੰਦਰ ਲਿਖਾਈ ਹੈ ਜਦੋਂ ਇਹ ਗੀਤ ਲਿਖਦਾ ਹੋਊਗਾ ਇਸ ਸੁੰਦਰ ਲਿਖਾਈ ਦੇ ਵਿੱਚ ਕਿੰਨੀ ਕਮਾਲ ਹੁੰਦੀ ਹੋਊਗੀ ਸ਼ਬਦਾਂ ਦਾ ਤੇ ਅੱਖਰਾਂ ਦਾ ਤੇ ਭਾਵਨਾਵਾਂ ਦਾ ਤੇ ਜਜ਼ਬਾਤਾਂ ਦਾ ਸਮੇਲ ਹੁੰਦਾ ਹੋਊਗਾ ਮੈਂ ਉਹਨਾਂ ਨੂੰ ਹੱਥੀਂ ਲਿਖ ਦਿਆਂ ਦੇਖਿਆ ਚਿੱਠੀ ਫਿਰ ਉਹਨੇ ਪ੍ਰੈਸ ਕੀਤਾ ਉਸ ਚੀਜ਼ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਹੋਇਆ ਮੈਂ ਤੇ ਚਿੱਠੀ ਲਿਭਾਵਚ ਪਾ ਕੇ ਮੈਂ ਗਿਆ ਤੇ ਕਲਸੀ ਸਾਹਿਬ ਨੂੰ ਚਿੱਠੀ ਦੇ ਦਿੱਤੀ ਉਹਨਾਂ ਨੇ ਪੜ੍ਹ ਲਈ ਪੜ੍ਹ ਕੇ ਕਹਿੰਦੇ ਵੀ ਤੂੰ ਫੋਕ ਗਾਉਣਾ ਮੈਂ ਕਿਹਾ ਹਾਂ ਮੈਂ ਲੋਕ ਗਥਾਵਾਂ ਸਰਵਨ ਭਗਤ ਪੂਰਨ ਭਗਤ ਸਸੀ ਉਹ ਕਹਿੰਦਾ ਫਿਰ ਤਾਂ ਤੂੰ ਪਾਸ ਹੀ ਐ ਤੂੰ ਟੈਸਟ ਦੇ ਮੈਂ ਟੈਸਟ ਦਿੱਤਾ ਮੈਂ ਪਾਸ ਹੋ ਗਿਆ ਪਰ ਕਹਿਣ ਤੋਂ ਭਾਵ ਕਿ ਇਹਨਾਂ ਵੱਡੇ ਬੰਦਿਆਂ ਦਾ ਹੱਥ ਰਿਹਾ ਸਿਰ ਦੇ ਉੱਤੇ ਜੀ ਸੋ ਜਿਵੇਂ ਤੁਸੀਂ ਹੁਣ ਆਪਣੇ ਬਾਰੇ ਦੱਸਿਆ ਕਿ ਕਿ ਮਦਦ ਕੀਤੀ ਹੋਣੀ ਤੁਹਾਡੀ ਉਹਨਾਂ ਨੇ ਕਹਿੰਦੇ ਨੇ ਕਿ ਬਹੁਤ ਸਾਰੇ ਗਾਇਕ ਅਤੇ ਅਭਿਨੇਤਾ ਜਾਂ ਹੀਰੋ ਪੰਜਾਬੀ ਫਿਲਮਾਂ ਵਾਸਤੇ ਲੈਂਦੇ ਆ ਹਾਂ ਗਾਇਕ ਤਾਂ ਕਿਹੜੇ ਕਿਹੜੇ ਗਾਇਕੀ ਮੈਂ ਉਹ ਜ਼ਿਕਰ ਪਹਿਲਾਂ ਕੀਤਾ ਚੰਦੀਰਾਮ ਵੇਖੋ ਵਿਚਾਰਾ ਬਿਲਕੁਲ ਉਹਨੂੰ ਲੱਭਿਆ ਠੀਕ ਹੈ ਚੰਦੀਰਾਮ ਨੂੰ ਲੱਭਣ ਤੋਂ ਬਾਅਦ ਤਾਂ ਫਿਰ ਜਦੋਂ ਫਿਲਮ ਦਾਜ ਤੇ ਤੇਰੀ ਮੇਰੀ ਇੱਕ ਜਿੰਦੜੀ ਆ ਗਿਆ ਤਰਮਿੰਦਰ ਉਹਨਾਂ ਦਾ ਦੋਸਤ ਸੀਗਾ ਅੱਛਾ ਜੀ ਤੇ ਤਰਮਿੰਦਰ ਉਹਦੀਆਂ ਫਿਲਮਾਂ ਚ ਮੁਫਤੀ ਕੰਮ ਕਰ ਦਿੰਦਾ ਸੀ ਵੀ ਮੇਰਾ ਰਾਈਟਰ ਮਿੱਤਰ ਹੈ ਅੱਛਾ ਜੀ ਇਹਨੇ ਪੈਸੇ ਕਿੱਥੋਂ ਵਿਚਾਰਨੇ ਦੇਣੇ ਆ ਨਾਲੇ ਆਪਣੇ ਸ਼ਹਿਰ ਦਾ ਸ਼ਹਿਰ ਦਾ ਤੇ ਸਾਹਨੇਵਾਲ ਕਰਕੇ ਤੇ ਹਸਨਪੁਰ ਕਰਕੇ ਵੀ ਇੱਕ ਯਾਰੀ ਸੀ ਤੇ ਫਿਰ ਇਹ ਬੰਬਈ ਉਹਦੇ ਕੋਲ ਰਹਿੰਦੇ ਵੀ ਰਹੇ ਬਹੁਤ ਚਿਰ ਅੱਛਾ ਜੀ ਤੇ ਫਿਰ ਉਹ ਸਾਰੇ ਬੰਦੇ ਰਲ ਕੇ ਮਿਲ ਕੇ ਮੈਂ ਇੱਕ ਸਵੇਰੇ ਕੱਲ ਦੇਖੀ ਆਵਾ ਮੈਂ ਹਾ ਯਾਰ ਕਿੱਡੇ-ਕਿੱਡੇ ਬੰਦਿਆਂ ਨੂੰ ਮੂਹਰੇ ਲੈ ਕੇ ਆਇਆ ਹਸਨਪੁਰੀ ਲੈ ਦੱਸੋ ਆ ਸਾਰੀ ਮੈਂ ਤਿਆਰ ਕੀਤੀ ਸੂਚੀ ਹੈ ਜੀ ਪੜੋ ਤਾਂ ਜਰਾ ਇਹ ਤੇਰੀ ਮੇਰੀ ਇੱਕ ਜਿੰਦਗੀ ਚ ਨਰਿੰਦਰ ਪੀਬਾ ਨੂੰ ਇਹਨੇ ਗਵਾਇਆ ਠੀਕ ਕਹਿੰਦਾ ਆ ਜਾ ਫਿਰ ਕੇਦੀਪ ਜਗਮਉਨ ਕੌਰ ਜਸਪਿੰਦਰ ਨਰੂਲਾ ਦਲੀਪ ਸਿੰਘ ਦੀਪ ਕਿੱਥੇ ਚੱਲੀਆਂ ਸਰੋਂ ਦਾ ਫੁੱਲ ਬਣ ਕੇ ਕੁੜੀਏ ਬਦਾਮੀ ਰੰਗੀਏ ਸੀਤਲ ਸਿੰਘ ਸੀਤਲ ਤੇ ਜਗਜੀਤ ਸਿੰਘ ਚਿਤਰਾ ਸਿੰਘ ਹੋਰਾਂ ਨੂੰ ਵੀ ਇਹ ਫਿਲਮਾਂ ਵਾਸਤੇ ਗਾਉਣ ਵਾਸਤੇ ਪਹਿਲਾ ਮੌਕਾ ਇਹਨੇ ਦਿੱਤਾ ਅੱਛਾ ਜੀ ਔਰ ਵਰਿੰਦਰ ਤੇ ਮੇਰ ਮਿੱਤਲ ਸ਼ੁਰੂਆਤੀ ਜਿਹੜਾ ਦੌਰ ਸੀ ਮੇਰ ਮਿੱਤਲ ਆਪ ਦੀ ਇੰਟਰਵਿਊ ਵਿੱਚ ਵੀ ਇੰਟਰਵਿਊ ਵਿੱਚ ਵੀ ਕਹਿੰਦਾ ਕਹੀ ਥਾਈ ਕਿ ਮੈਨੂੰ ਹਸਨਪੂਰੀ ਮਿਲ ਗਿਆ ਉਹਨੇ ਮੈਨੂੰ ਲਿਆ ਕੇ ਫਿਲਮਾਂ ਦੇ ਵਿੱਚ ਜਿਹੜੀ ਹੈ ਜਾਣ ਪਛਾਣ ਕਰਾਈ ਵੀ ਜੇ ਟੰਡਨ ਦਲਜੀਤ ਕੌਰ ਦਰਸ਼ਨ ਬੱਗਾ ਤੇ ਧਰਮਿੰਦਰ ਦਾ ਮੈਂ ਦੱਸ ਹੀ ਚੁੱਕਾ ਤੇ ਇਹ ਨਾ ਬੰਦਾ ਇੱਕ ਕਮਾਲ ਦੀ ਗੱਲ ਹੋਰ ਹੈ ਇਹਦਾ ਪਿਆਰ ਬੜਾ ਕਰਦੇ ਸੀ ਸਾਰੇ ਮੁਹੰਮਦ Rafi ਸਾਹਿਬੇ ਦਾ ਕੋਈ ਗੀਤ ਰਿਕਾਰਡ ਕਰਾਈ ਜਾਂਦੇ ਸੀ ਅੱਛਾ ਜੀ ਸਟੂਡੀਓ 'ਚ ਬੈਠੇ ਸੀ ਤੇ ਉਹ ਨੰਨੇ ਨੂੰ ਨਾਣੇ ਨੂੰ ਨੰਨਾ ਬੋਲਣ ਸਿੱਖਾਉ ਉਹਨਾਂ ਨੂੰ ਹਾਂ ਹਾਨੀਆਂ ਆ ਜਾ ਮੇਰੇ ਹਾਨੀਆਂ ਹਸਨਪੂਰੀ ਸਾਹਿਬ ਕਹਿੰਦੇ ਰਫੀ ਜੀ ਇਹ ਰਫੀ ਜੀ ਹਾਨੀ ਹੋ ਰਹੀ ਐ ਹਾਨੀਆਂ ਕਹੋ ਨਾਣਾ ਲਾਓ ਜੀ ਤੇ ਉਹ ਨਿੰਨੇ ਮਰਤਾ ਸੀ ਯਾਰ ਰੱਬਰ ਕੇ ਬੰਦੇ ਰਫੀ ਸਾਹਿਬ ਬੜੇ ਖੁਸ਼ ਹੋਏ ਕਿ ਹਸਨਪੂਰੀ ਜੀ ਤੁਸੀਂ ਦਰਸਤੀ ਕਰਾਈ ਐ ਕਰੈਕਸ਼ਨ ਕਰਾਈ ਐ ਇਹ ਬੜਾ ਵਧੀਆ ਕੰਮ ਕੀਤਾ ਗੁੱਸਾ ਨਹੀਂ ਸੀ ਕਰਦੇ ਐਵੇਂ ਇੱਕ ਵਾਰੀ ਆਸਾ ਸਿੰਘ ਮਸਤਾਨਾ ਗਾ ਰਿਹਾ ਸੀ ਜੀ ਇਹ ਬੈਠੇ ਸੀ ਉਹ ਕਹਿੰਦੇ ਇਧਰ ਕਣਕਾਂ ਉਧਰ ਕਣਕਾਂ ਹੈ ਵਿੱਚ ਕਿਆਰੀ ਬਾਥੂ ਦੀ ਕਣਕਾਂ ਨੂੰ ਕਣਕਾਂ ਅੱਛਾ ਜੀ ਹਸਨਪੂਰੀ ਜੀ ਕਹਿੰਦੇ ਮਸਤਾਨਾ ਜੀ ਨਾਣਾ ਲਾਓ ਨੰਨਾ ਨਾ ਲਾਓ ਕਣਕਾਂ ਕਹੋ ਕਣਕਾਂ ਨਾ ਕਹੋ ਤੇ ਗੁੱਸਾ ਨਹੀਂ ਸੀ ਕਰਦੇ ਇੱਕ ਦੂਜੇ ਦਾ ਕਹਿਣਾ ਮੰਨਦੇ ਸੀ ਹੁਣ ਕਹਿ ਕੇ ਦੇਖ ਲੋ ਅਗਲਾ ਜੀ ਰਤਬਾ ਵੀ ਸੀ ਨਾ ਰਤਬਾ ਸੀ ਹੁਣ ਕਹਿ ਕੇ ਵੇਖ ਲੋ ਅਗਲਾ ਕਹਿੰਦਾ ਤੂੰ ਜ਼ਿਆਦੇ ਸਿਆਣਾ ਜੀ ਜਿਹੜੇ ਫਿਲਮ ਐਕਟਰ ਲੈਂਦੇ ਤੁਸੀਂ ਵਰਿੰਦਰ ਦੀ ਤੇ ਇੱਕ ਹੋਰ ਐਕਟਰ ਦੀ ਤੁਸੀਂ ਗੱਲ ਕਰ ਰਹੇ ਸੋ ਉਹਨਾਂ ਬਾਰੇ ਸਾਨੂੰ ਦੱਸੋ ਕਿ ਕੀ ਕੀ ਸੰਬੰਧ ਸੀ ਉਹਨਾਂ ਦਾ ਇਹਨਾਂ ਨਾਲ ਅਸਲ 'ਚ ਜਦੋਂ ਕੋਈ ਬੰਦਾ ਫੇਮਸ ਹੋ ਜੇ ਜੀ ਤੇ ਫੇਮਸ ਹੋਣ ਦੇ ਨਾਲ ਨਾਲ ਉਹ 'ਚ ਮਨੁੱਖਤਾਵਾਦੀ ਗੁਣ ਵੀ ਹੋਣ ਤਾਂ ਉਹਦੇ 'ਚ ਇੱਕ ਭਾਵਨਾ ਹੋਵੇ ਕਿ ਮੈਂ بڑے ਬੰਦੇ ਅੱਗੇ ਲਿਆਉਣੇ ਆ ਚੰਗੇ ਲੋਕਾਂ ਦੀ ਕਦਰ ਕਰਨੀ ਆ ਇਹ ਕੋਈ ਬੰਦਾ ਆਪਣੇ ਆਪ ਮੂਰੇ ਉਦੋਂ ਆਉਂਦਾ ਹੁੰਦਾ ਜਦੋਂ ਕੋਈ ਉਹਦਾ ਪੱਥ ਪ੍ਰਦਰਸ਼ਕ ਉਹਦੀ ਰਹਿਨਮਾਈ ਕਰਨ ਵਾਲਾ ਉਹਦੀ ਬਾਹ ਫੜਨ ਵਾਲਾ ਆਵੇ ਇੱਕ ਉਦਾਹਰਨਾਂ ਇੰਨੀਆਂ ਮਿਲਦੀਆਂ ਫਿਲਮਾਂ 'ਚ ਵੀ ਗੀਤ ਸ਼ਗੀਤ ਦੇ ਖੇਤਰ ਵਿੱਚ ਵੀ ਕਿ ਉਹਨਾਂ ਲੋਕਾਂ ਨੂੰ ਲਿਆਉਣ ਪਿੱਛੇ ਕਿਸੇ ਨਾ ਕਿਸੇ ਦਾ ਸਬੱਬ ਹੁੰਦਾ ਜੀ ਜਦੋਂ ਹਸਨਪੁਰੀ ਕੋਲੇ ਧਰਮਿੰਦਰ ਵਰਗੇ ਵੱਡੇ ਲੋਕ ਆਉਂਦੇ ਸੀ ਤੇ ਇਵੇਂ ਹੀ ਵਿਰਿੰਦਰ ਹੋਰੀ ਉਹਨਾਂ ਨੇ ਪੰਮੀ ਵਿਰਿੰਦਰ ਜਾਂ ਹੋਰ ਕਲਾਕਾਰ ਟੱਚ ਚ ਆਉਂਦੇ ਗਏ ਕਿਉਂਕਿ ਇਹ 5-7 ਬੰਦੇ ਹੀ ਸੀ ਲੁਧਿਆਣੇ ਦੇ ਵਿੱਚ ਜਿਵੇਂ ਸੰਗੀਤਕਾਰਾਂ ਦਾ ਉਸਤਾਦ ਸੀ ਜਸਵੰਤ ਭਮਰਾ ਉਹਨੇ ਸਟੂਡੀਓ ਖੋਲ੍ਹਿਆ ਹੋਇਆ ਸੀਗਾ ਉੱਥੇ ਆ ਕੇ ਲੋਕ ਸਿੱਖਦੇ ਸੀਗੇ ਉਸਤਾਦ ਯਮਲੇ ਜੱਟ ਦੇ ਡੇਰੇ ਤੇ ਦੂਰੋਂ ਦੂਰੋਂ ਆ ਕੇ ਲੋਕੋ ਨੂੰ ਗੁਰੂ ਧਾਰਦੇ ਸੀਗੇ ਚਾਂਦੀ RAM ਦੇ ਆ ਕੇ ਉੱਥੇ ਲੋਕ ਖਾੜੇ ਬੁੱਕ ਕਰਾਉਂਦੇ ਸੀਗੇ ਹਰ ਚਰਨ ਗਰੇਵਾਲ ਦੇ ਚਵਾਰਿਆਂ 'ਚ ਬੜੀ ਰੌਣਕ ਰਹਿੰਦੀ ਸੀ ਇਵੇਂ ਹੀ ਹਸਨਪੁਰੀ ਦੇ ਆਲੇ ਦਿਵਾਲੇ ਫਿਲਮਾਂ ਵਾਲਿਆਂ ਦਾ ਗੀਤਕਾਰਾਂ ਦਾ ਗਾਇਕਾਂ ਦਾ ਐਕਟਰਾਂ ਦਾ ਇਕੱਠ ਝੁਰਮਟ ਵੱਜਿਆ ਰਹਿੰਦਾ ਸੀ ਤੁਸੀਂ ਉਹਨਾਂ ਦੇ ਨਾਲ ਇੰਨਾ ਸਮਾਂ ਰਹੇ ਹੋ ਜੁੜੇ ਰਹੇ ਹੋ ਪਰਸਨਲਿਟੀ ਕਿਸ ਤਰ੍ਹਾਂ ਦੀ ਸੀ ਉਹਨਾਂ ਦਾ ਸੁਭਾਅ ਕਿਹੋ ਜਿਹਾ ਸੀ ਉਹ ਬੰਦੇ ਇਹ ਜਿਹੜੇ ਪੁਰਾਣੇ ਬੰਦੇ ਆ ਇਹ ਤਲਖ ਨਹੀਂ ਹੁੰਦੇ ਸੀ ਔਰ ਤਲਖ ਨਹੀਂ ਹੁੰਦੇ ਸੀ ਤੇ ਜੋ ਜ਼ਿੰਦਗੀ ਚ ਵਾਪਰਦਾ ਸੀ ਉਹ ਹੀ ਲਿਖਦੇ ਸੀ ਮੈਂ ਇਹਨਾਂ ਦੀ ਤੁਸੀਂ ਪਹਿਲਾਂ ਸੁਣੀ ਹੋਣੀ ਹੈ ਤੇ ਮੈਂ ਵੀ ਉਹ ਤੋਂ ਬੜਾ ਪ੍ਰਭਾਵਤ ਹਾਂ ਜੇ ਜ਼ਿੰਦਗੀ ਚ ਕਸ਼ਟ ਵੀ ਆਉਂਦਾ ਸੀ ਨਾ ਤੇ ਕਹਿੰਦੇ ਸੀ ਹਿੰਮਤ ਕਰ ਇਹ ਹਸਨਪੂਰੀ ਸਾਹਿਬ ਦੀ ਲਿਖੀ ਮੈਂ ਸੁਣਾ ਰਿਹਾ ਇਹ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਵਾਸਤੇ ਵੀ ਲਾਹੇਵੰਦੀ ਹੈ ਹਿੰਮਤ ਕਰ ਜੇ ਰਾਹ ਦੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ ਵਾਹ ਵਾਹ ਹਿੰਮਤ ਕਰ ਜੇ ਰਾਹ ਦੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਆਈਆਂ ਨੇ ਮਤਲ ਅੱਗੇ ਵਧਣ ਵਾਲੇ ਬੰਦੇ ਔਰ ਜ਼ਿੰਦਗੀ ਦੇ ਵਿੱਚ ਸੰਘਰਸ਼ ਵੀ ਇੰਨਾ ਕੀਤਾ ਕਿ ਮਾੜੇ ਸਮੇਂ ਤੰਗੀਆਂ ਤੁਰਸ਼ੀਆਂ ਮਿੰਨੀ ਬੱਸਾਂ ਵੀ ਉਹਨਾਂ ਨੇ ਪਾਈਆਂ ਇੱਕ ਦੋ ਅੱਛਾ ਜੀ ਕੀ ਉਹਦੋ ਸਵਾਰੀ ਪੈਸੇ 4-5 ਰੁਪਏ ਸੀ ਉਹ ਫੇਲ ਹੋ ਗਈਆਂ ਜਿਹੜੇ ਕਲਾਕਾਰ ਚਿੱਤਰਕਾਰ ਬੁੱਧੀਮਾਨ ਸੱਚੇ ਸੁੱਚੇ ਸਮਾਜ ਨੂੰ ਸਮਰਪਿਤ ਬੰਦੇ ਉਹ ਵਪਾਰ ਨਹੀਂ ਕਰ ਸਕਦੇ ਜੀ ਹੁਣ ਸਾਡੇ ਰਜੇਸ਼ ਮਾਹਨ ਪ੍ਰੋਫੈਸਰ ਉਹਨਾਂ ਦਾ ਇੱਕ ਯਾਦ ਆ ਰਿਹਾ ਸੀ ਯਾਰੋ ਕਲਾ ਦੀ ਆਬਰੂ ਨਿਲਾਮ ਕਿਉਂ ਨਾ ਹੋਵੇ ਵਪਾਰ ਕਰਨ ਵਾਲੇ ਜਦ ਫਨਕਾਰ ਹੋ ਗਏ ਨੇ ਕੁਝ ਸ਼ੇਰ ਮੇਰੀ ਸੋਚ ਦਾ ਸਵਾਰ ਹੋ ਗਏ ਨੇ ਪੰਜਾਬੀ ਫਿਲਮਾਂ ਦੀ ਗੱਲ ਕਰ ਰਹੇ ਸਾਂ ਅਸੀਂ ਤੇ ਜਦੋਂ ਇਹੋ ਜਿਹੇ ਲੋਕ ਜੁੜੇ ਹੋਣ ਔਰ ਉਹਨਾਂ ਦੇ ਸਬੰਧ ਫਿਰ ਅੱਗੇ ਸਾਹਿਤਕਾਰਾਂ ਦੇ ਨਾਲ ਹੋਣ ਸਾਹਿਤ ਪ੍ਰੇਮੀਏ ਦੇ ਨਾਲ ਹੋਣ ਜਿਹੜੇ ਵਾਕਈ ਕਲਾ ਪ੍ਰੇਮੀ ਵੀ ਲੋਕ ਹੋਣ ਤੇ ਉਹ ਜਾਗਰਤ ਵੀ ਹੋਣ ਤੇ ਉਹਨਾਂ ਕੋਲ ਜਾਣਕਾਰੀ ਵੀ ਹੋਵੇ ਫਿਰ ਉਹ ਜਿਹੜਾ ਪੰਜਾਬੀ ਫਿਲਮਾਂ ਦਾ ਇੱਕ ਮਿਆਰ ਉਹ ਸਾਹਮਣੇ ਨਜ਼ਰ ਨਹੀਂ ਆਇਆ ਕਦੇ ਵੀ ਥੋੜਾ ਬਹੁਤਾ ਹੁਣ ਹੁਣ ਮੋੜ ਘਟ ਲਿਆ ਭਾਵੇਂ ਇਸ ਚੀਜ਼ ਨੇ ਹਸਨਪੂਰੀ ਸਾਹਿਬ ਜੁੜੇ ਰਹੇ ਨੇ ਫਿਲਮਾਂ ਨਾਲ ਕੀ ਕਾਰਨ ਸਮਝਦੇ ਤੁਸੀਂ ਸਮਾਂ ਜਿਹਾ ਲੋਕ ਵੇਂਦੇ ਕੀ ਆ ਲੋਕਾਂ ਦਾ ਜੀਵਨ ਕੀ ਹੈ ਉਹਨਾਂ ਦੀਆਂ ਰਸਮਾਂ ਕਿੰਨੀਆਂ ਫਿੱਕੀਆਂ ਪਈਆਂ ਉਹਨਾਂ ਦੀ ਪਰੰਪਰਾ ਨੂੰ ਢਾ ਕਿੰਨੀ ਲੱਗੀ ਹੈ ਜੀਨ ਦੀ ਪੈਂਟ ਕਦੋਂ ਆਈ ਹੈ ਹੈ ਤੇ ਉਹ ਉਹ ਸਾਰਾ ਕੁਝ ਫਰਿੱਜਾਂ ਕਦੋਂ ਆਈਆਂ ਕੋਰੇ ਕੁਜੇ ਕਦੋਂ ਗਵਾਚੇ ਸਾਡੇ ਕੋਲ ਟਰੈਕਟਰ ਕਦੋਂ ਆਇਆ ਸਾਡੇ ਹਾਲਾਂ ਤੇ ਪੰਜਾਬੀਆਂ ਨੂੰ ਕਦੋਂ ਹਲਵੇ ਦਾ ਮਿਲੀ ਹੈ ਜਿਹੇ ਜਾਂ ਸਮਾਂ ਚੱਲਦਾ ਸੀ ਉਹੋ ਜੇ ਮੈਂ ਪਹਿਲੀ ਵਾਰੀ ਆਪਦੇ ਪਿਤਾ ਦੀ ਉਂਗਲੀ ਫੜ ਕੇ ਸਿਨੇਮੇ ਗਿਆ ਸੀ ਤੇ ਪੁੱਤ ਜੱਟਾਂ ਦੀ ਫਿਲਮ ਦੇਖੀ ਸੀ ਔਰ ਉਸ ਤੋਂ ਬਾਅਦ ਕੋ ਗਿਣਮੀਆਂ ਚੁਣਮੀਆਂ ਫਿਲਮਾਂ ਦੇਖੀਆਂ ਸਿਰਫ ਮਨੋਰੰਜਨ ਤੱਕ ਸੀਮਿਤ ਰਹਿ ਗਈਆਂ ਹਾ ਹਾ ਹਈ ਹਈ ਕਰਕੇ ਲੋਕ ਆ ਜਾਂਦੇ ਸੀ ਜਾਂ ਮਾਰ ਧਾੜ ਵੇਂਦੇ ਸੀ ਕਿ ਫਲਾਣੇ ਐਕਟਰ ਨੇ ਫਲਾਣੇ ਨੂੰ ਕਿੰਨਾ ਕੁ ਕੁੱਟਿਆ ਉਹਦੇ ਮੂੰਹ ਚੋਂ ਲਾਹੂ ਕੱਢਿਆ ਕਲੀ ਕੱਢਿਆ ਉਸ ਤੋਂ ਬਾਅਦ ਕਰਵਟ ਲਈ ਸਮਾਂ ਬਦਲਿਆ ਜ਼ਮਾਨੇ ਚ ਤੇਜ਼ੀ ਆਈ ਅਫੜਾ ਤਫੜੀ ਵੀ ਆਈ ਨਾਲ ਟੈਕਨੋਲੋਜੀ ਵੀ ਆਈ ਮੀਡੀਆ ਵੀ ਆਇਆ ਬਹੁਤ ਫਾਸਟ ਹੋਏ ਤੇ ਨਾਲ ਦੀ ਨਾਲ ਜਿਹੜਾ ਮਿਆਰ ਸੀ ਉਹ ਵੀ ਉੱਚਾ ਆਇਆ ਤੇ ਮਿਆਰ ਦੇ ਨਾਲ ਕਮੇਡੀ ਕਮੇਡੀ ਦੇ ਨਾਲ ਮੈਸੇਜ ਵੀ ਆਇਆ ਜੀ ਮੈਸੇਜ ਆ। ਸੋ ਇੰਦਰਜੀਤ ਹਸਨਪੁਰ ਜੀ ਦੇ ਜੀਵਨ ਬਾਰੇ ਗੱਲਬਾਤ ਅਸੀਂ ਕਾਫੀ ਅਜੇ ਕਰਨੀ ਐ। ਵਿਦੇਸ਼ ਫੇਰੀ ਵੀ ਉਹਨਾਂ ਨੇ ਲਾਈ ਆ ਉਸ ਤੇ ਵੀ ਬੜੇ ਇੰਟਰਸਟਿੰਗ ਫੈਕਟ ਨੇ। ਸ਼੍ਰੋਮਣੀ ਅਵਾਰਡ ਅਵਾਰਡਾਂ ਦੇ ਬਾਰੇ ਵੀ ਗੱਲਬਾਤ ਐ। ਇਹ ਥੋੜਾ ਜਿਹਾ ਦੱਸੋ ਜੀ। ਸ਼੍ਰੋਮਣੀ ਅਵਾਰਡ ਬਾਰੇ ਕੋਈ ਰੌਲਾ ਵੀ ਪਿਆ ਸੀ ਉਹਨਾਂ ਦਾ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਅਵਾਰਡ ਕਿਹੜੇ ਮਿਲੇ ਤੇ ਰੌਲਾ ਕਿਉਂ ਪਿਆ? ਸ਼੍ਰੋਮਣੀ ਅਵਾਰਡ ਵਾਲੀ ਕਥਾ ਆਪਾਂ ਅਗਲੇ ਭਾਗ 'ਚ ਕਰਾਂਗੇ ਕਿਉਂਕਿ ਉਹ ਬਹੁਤ ਲੰਬੀ ਐ ਪਰ ਹਸਨਪੁਰੀ ਨੂੰ ਜਿਹੜੇ ਅਵਾਰਡ ਮਿਲੇ ਮੈਂ ਉਹਨਾਂ ਬਾਰੇ ਦੱਸਦਾ। ਜੀ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਵਾਰਡ ਮਿਲਿਆ ਮੈਂ ਮੌਕੇ ਦਾ ਗਵਾਹ ਸੀ ਪਰ ਉਹਨਾਂ ਨੂੰ ਜਿੰਨੇ ਵੀ ਸੈਤ ਸੁਭਾਵਾਂ ਨੇ ਜਾਂ ਸੈਤ ਅਕੈਡਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ ਪਰ ਹਸਨਪੂਰੀ ਇਹ ਕਹਿੰਦੇ ਸੀ ਕਿ ਮੇਰਾ ਸਭ ਤੋਂ ਵੱਡਾ ਸਨਮਾਨ ਆ ਮੇਰੇ ਸਰੋਤੇ ਤੇ ਮੇਰੇ ਦਰਸ਼ਕ ਜੀ ਉਹ ਕਹਿੰਦੇ ਸੀ ਮੈਨੂੰ ਤੁਸੀਂ ਪਿੰਡਾਂ ਦੇ ਵਿੱਚ ਸੱਦ ਕੇ ਸ਼ਹਿਰਾਂ ਦੇ ਵਿੱਚ ਸੱਦ ਕੇ ਲੋਈ ਪਾ ਦਿੰਨੇ ਆ ਗਲ ਚ ਤੇ ਇੱਕ ਮੈਨੂੰ ਟੌਹਾਂ ਜਿਹਾ ਫੜਾ ਦਿੰਨੇ ਆ ਪੇ ਮੈਂ ਬੱਸ ਤੇ ਕਿਰਾਇਆ ਲਾ ਕੇ ਆਉਣਾ ਤੇ ਮੈਨੂੰ ਕਿਰਾਇਆ ਕੌਣ ਦੇਊਗਾ ਟੈਕਸੀ ਦੇ ਉੱਤੇ ਕਿਰਾਇਆ ਲਾ ਕੇ ਆਉਣਾ 2000 ਰੁਪਿਆ ਦੇ ਟੈਕਸੀ ਵਾਲੇ ਨੂੰ ਦੇਊਗਾ ਤੇ ਮੈਂ ਘਰੇ ਕੀ ਲੈ ਕੇ ਜਾਊਂਗਾ ਇਹ ਤਰਾਸਦੀ ਰਹੀ ਹੈ ਇਹ ਤਰਾਸਦੀ ਰਹੀ ਹੈ ਜੀ ਠੀਕ ਹੈ ਜੀ ਪ੍ਰੋਗਰਾਮ ਅਜੇ ਬਾਕੀ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਅਜੇ ਹੋਣੀਆਂ ਨੇ ਇੰਦਰਜੀਤ ਹਸਨਪੁਰ ਜੀ ਦੇ ਬਾਰੇ ਇੱਕ ਬ੍ਰੇਕ ਤੋਂ ਬਾਅਦ ਕਰਦੇ ਆਂ ਕਿ ਸੁਣ ਸੱਜਣਾ ਪ੍ਰੋਗਰਾਮ ਵਿੱਚ ਇੰਦਰਜੀਤ ਹਸਨਪੁਰੀ ਸਪੈਸ਼ਲ ਚੱਲ ਰਿਹਾ ਜੀ ਨਿੰਦਰ ਕੋ ਗਿਆਨਵੀ ਜੀ ਦੇ ਨਾਲ ਨਿੰਦਰ ਜੀ ਸ਼੍ਰੋਮਣੀ ਪੁਰਸਕਾਰ ਦੀ ਗੱਲ ਅਸੀਂ ਕਰ ਰਹੇ ਸੀ ਉਹਨਾਂ ਨੂੰ ਹੋਰ ਵੀ ਅਵਾਰਡ ਪ੍ਰਾਪਤ ਹੋਏ ਇਹ ਰੌਲਾ ਕੀ ਪਿਆ ਸੀ ਸ਼੍ਰੋਮਣੀ ਪੁਰਸਕਾਰ ਦਾ ਇੰਦਰਜੀਤ ਹਸਨਪੁਰੀ ਜੀ ਨੂੰ ਜਦੋਂ ਦਿੱਤਾ ਗਿਆ ਪੰਜਾਬ ਸਰਕਾਰ ਚ ਇੱਕ ਮਹਿਕਮਾ ਹੈ ਪੰਜਾਬੀ ਮਾਂ ਬੋਲੀ ਦੀ ਪਰਫੁੱਲਤਾ ਵਾਸਤੇ ਤਰੱਕੀ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਨੇ ਮਹਿਕਮਾ ਬਣਾਇਆ ਸੀ ਉਹਦਾ ਨਾਂ ਸੀ ਮਹਿਕਮਾ ਪੰਜਾਬੀ ਅੱਛਾ ਬਾਅਦ ਵਿੱਚ ਉਹਦਾ ਨਾਂ ਰੱਖਤਾ ਮਹਿਕਮਾ ਪੰਜਾਬੀ ਤੋਂ ਭਾਸ਼ਾ ਵਿਭਾਗ ਪੰਜਾਬ ਅੱਛਾ ਜੀ 1948-49 ਚ 49 ਦੀ ਗੱਲ ਹੋਣੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਗੱਲ ਉਹ ਮਹਿਕਮਾ ਹੁਣ ਭਾਸ਼ਾ ਵਿਭਾਗ ਪੰਜਾਬ ਦੇ ਨਾਂ ਤੇ ਮਨਿਸਟਰ ਵੀ ਹੁੰਦਾ ਡਾਇਰੈਕਟਰ ਵੀ ਹੁੰਦਾ ਸੈਕਟਰੀ ਵੀ ਹੁੰਦਾ ਚੰਗਾ ਫੁੱਲ ਫਲੈਸ਼ ਪਟਿਆਲੇ ਡਿਪਾਰਟਮੈਂਟ ਸ਼ੇਰਾਂ ਵਾਲੇ ਗੇਟ ਦੇ ਪਿਛਲੇ ਪਾਸੇ ਬਿਜਲੀ ਬੋਰਡ ਦੇ ਦਫ਼ਤਰ ਦੇ ਪਿੱਛੇ ਜੀ ਉਹ ਪੁਰਸਕਾਰ ਦਿੰਦਾ ਹੈ ਸਹਿਤਕਾਰਾਂ ਨੂੰ ਹਰ ਸਾਲ ਸ਼੍ਰੋਮਣੀ ਪੁਰਸਕਾਰ ਅੱਛਾ ਜੀ ਤੇ ਯਾਨੀ ਸਰਕਾਰ ਵੱਲੋਂ ਉਹ ਇੱਕ ਤਰ੍ਹਾਂ ਦਾ ਹੋ ਜਾਂਦਾ ਕਿ ਸਨਮਾਨਤਕ ਸਨਮਾਨਤਾ ਦਿੱਤੀ ਜਾਂਦੀ ਹੈ ਜੀ ਉੱਚ ਪਹਿਲਾਂ ਲੇਖਕਾਂ ਦੇ ਨਾਂ ਦਾ ਏਜੰਡਾ ਜਾਂਦਾ ਫਿਰ ਇੱਕ ਬੋਰਡ ਬਣਦਾ ਸਰਕਾਰ ਵੱਲੋਂ ਉਹ ਬੋਰਡ ਦੇ ਮੈਂਬਰ ਫੈਸਲਾ ਕਰਦੇ ਆ ਬੜੀ ਜੁਗਾੜਬੰਦੀ ਹੋ ਜਾਂਦੀ ਹੈ ਵੀ ਤੂੰ ਮੇਰੇ ਬੰਦੇ ਨੂੰ ਦਵਾ ਮੈਂ ਤੇਰੇ ਬੰਦੇ ਨੂੰ ਇਨਾਮ ਦਵਾਉਂਗਾ ਠੀਕ ਹੈ ਤੇ ਕੁਦਰਤੀ ਉਦੋਂ ਮੈਂ ਬੋਰਡ ਦੇ ਵਿੱਚ ਮੈਂਬਰ ਸੀਗਾ ਅੱਛਾ ਜੀ ਹਸਨਪੂਰੀ ਸਾਹਿਬ ਨੂੰ ਇਹ ਪੁਰਸਕਾਰ ਮਿਲਣਾ ਸੀਗਾ ਸ਼੍ਰੋਮਣੀ ਪੰਜਾਬੀ ਕਵੀ ਦਾ ਅੱਛਾ ਜੀ ਤੇ ਦੋ ਹੋਰ ਜਿਗਾੜੀਏ ਕਵੀ ਉਹਨਾਂ ਦੇ ਮੁਕਾਬਲੇ ਵਿੱਚ ਖੜੇ ਸੀ ਵੀ ਸਾਨੂੰ ਮਿਲੇ ਇਦਾਂ ਹੁੰਦਾ ਹਰ ਵਾਰ ਇਦਾਂ ਹੀ ਹੁੰਦਾ ਉਹਨਾਂ ਨੇ ਜਿਗਾੜ ਫਿੱਟ ਕੀਤਾ ਹੋਇਆ ਸੀ ਆਪਦੇ ਜੀ ਤੇ ਮੈਂ ਜਦੋਂ ਉੱਥੇ ਬੈਠਾ ਸੀ ਬੀਬੀ ਰਜਿੰਦਰ ਕੌਰ ਭੱਟਲੋ ਦਾ ਮੁੱਖ ਮੰਤਰੀ ਸੀ ਅੱਛਾ ਜੀ ਉਹ ਬੋਰਡ ਦੇ ਚੇਅਰਮੈਨ ਸੀ ਉਹ ਵੀ ਬੈਠੇ ਸੀ ਸਰਕਾਰ ਦਾ ਸੀ ਜੀ ਵਿਦਵਾਨ بڑے بڑے ਬੈਠੇ ਸੀ ਜਦੋਂ ਹਸਨਪੁਰੀ ਦਾ ਨਾਮ ਆਇਆ ਕਿ ਸ਼੍ਰੋਮਣੀ ਕਵੀ ਦਾ ਅਵਾਰਡ ਦੇਣਾ ਇਹਨੂੰ ਤੇ ਵੱਡੇ ਵੱਡੇ ਵਿਦਵਾਨ ਉੱਠ ਕੇ ਰੌਲਾ ਪਾਉਣ ਲੱਗ ਗਏ ਕਹਿੰਦੇ ਜੀ ਇਹ ਤਾਂ ਗੀਤ ਲਿਖਦਾ ਅੱਛਾ ਜੀ ਇਹਨੂੰ ਤੁਸੀਂ ਕਵੀ ਦਾ ਨਾਮ ਕਿਵੇਂ ਦਿਓਗੇ ਅੱਛਾ ਜੀ ਇਹ ਤਾਂ ਗੀਤਕਾਰ ਹੁੰਦੇ ਆ ਗੀਤਕਾਰਾਂ ਦਾ ਕੀ ਮਤਲਬ ਹੋ ਗਿਆ ਜੀ ਉੱਥੇ ਬੰਦੇ ਐ ਬੋਲਣ ਮੈਂ ਉੱਠਿਆ ਮੈਂ ਉੱਠ ਕੇ ਬੀਬੀ ਪੱਠਲਵਾਲ ਸੰਬੋਧਨ ਹੋਇਆ ਆਪਦੀ ਸੀਟ ਤੋਂ ਕਿ ਬੀਬੀ ਜੀ ਮੈਨੂੰ ਇਹ ਦੱਸੋ ਗੀਤਕਾਰ ਦਾ ਸਮਾਜ 'ਚ ਕੋਈ ਯੋਗਦਾਨ ਨਹੀਂ ਜੀ ਜੇ ਗੀਤਕਾਰ ਸ਼ਾਇਰ ਨਹੀਂ ਹੈ ਕਵੀ ਨਹੀਂ ਹੈ ਤਾਂ ਸ਼ਿਵ ਕੁਮਾਰ ਬਟਾਲਵੀ ਨੂੰ ਕਿੱਥੇ ਸਿੱਟੋਗੇ ਨੂਰਪੁਰੀ ਨੂੰ ਤੁਸੀਂ ਕਿੱਥੇ ਸਿੱਟੋਗੇ ਧਨੀ ਰਾਮ ਚਾਤਰਕ ਨੂੰ ਕਿੱਥੇ ਸਿੱਟੋਗੇ ਬਹੁਤ ਨੇ ਕਰਤਾਰ ਸਿੰਘ ਬਲੱਗਣ ਨੂੰ ਕਿੱਥੇ ਸਿੱਟੋਗੇ ਜੀ ਇਹਨਾਂ ਨੇ ਜੋ ਗੀਤ ਲਿਖਿਆ ਕੀ ਉਹ ਸਾਹਿਤ ਨਹੀਂ ਹੈ ਸਾਡਾ ਬਿਲਕੁਲ ਕਿ ਗੀਤ ਸਾਹਿਤ ਦਾ ਅੰਗ ਨਹੀਂ ਹੁੰਦਾ ਮੈਂ ਕਿਹਾ ਹਸਨਪੁਰੀ ਨੇ ਹਜ਼ਾਰਾਂ ਗੀਤ ਲਿਖੇ ਪੰਜਾਬ ਦੀ ਫਿਜ਼ਾ ਵਿੱਚ ਉਹਦੇ ਗੀਤ ਗੂੰਜੇ ਹੈ ਪੰਜਾਬ ਨੂੰ ਲਫਜ਼ਾਂ ਚ ਉਕਰਿਆ ਹਾਂ ਤੇ ਤੁਸੀਂ ਕਹਿੰਦੇ ਆਂ ਵੀ ਉਹਨੂੰ ਸਾਡੇ ਵਿਦਵਾਨ ਆ ਗੱਲਾਂ ਕਰਦੇ ਆਂ ਔਰ ਬੀਬੀ ਪੱਠਲ ਕਹਿੰਦੀ ਵੀ ਮੈਂ ਨਿੱਕੀ ਜੀ ਹੁੰਦੀ ਸੀ ਮੈਂ ਫਰਾਕ ਪਾਉਂਦੀ ਹੁੰਦੀ ਸੀ ਉਦੋਂ ਜਦੋਂ ਹਸਨਪੂਰੀ ਦੇ ਗੀਤ ਸਪੀਕਰਾਂ ਵਿੱਚ ਦੀ ਕਹਿੰਦੀ ਵਜਦੇ ਹੁੰਦੇ ਸੀ ਹਸਨਪੂਰੀ ਤਿਲਕ ਨਾ ਜਾਵੇ ਪੈਰ ਤੇਰਾ ਛਮ ਛਮ ਪਹਿਲਾਂ ਪਾਂਦੀ ਦਾ ਤਿਲਕ ਹਿੱਲੇ ਮਜਾਜਣ ਜਾਂਦੀ ਦਾ ਹੈ ਫਿਰ ਮੈਂ ਕਹਾਂ ਬੀਜੀ ਰਵਿੰਦਰਨਾਥ ਟੈਗੋਰ ਦੀ ਗੀਤਾਂ ਦੀ ਕਿਤਾਬ ਗੇਤਾਂਜਲੀ ਨੂੰ ਨੋਬਲ ਪ੍ਰਾਈਜ਼ ਮਿਲ ਗਿਆ ਸੀ ਜੀ ਤੇ ਤੁਸੀਂ ਸਟੇਟ ਦਾ ਪੁਰਸਕਾਰ ਆਪਦੇ ਗੀਤਕਾਰ ਨੂੰ ਹੀ ਦੇ ਰਹੇ ਤੇ ਉੱਥੇ ਅੜ ਕੇ ਬੀਬੀ ਪੱਠਲ ਨੇ ਕਿਹਾ ਸੀ ਜੋ ਇਹ ਮੁੰਡਾ ਕਹਿ ਰਿਹਾ ਗੱਲ ਠੀਕ ਕਹਿ ਰਿਹਾ ਉਹਨੂੰ ਇਨਾਮ ਮਿਲਣਾ ਚਾਹੀਦਾ ਤੇ ਉਦੋਂ ਮੈਂ ਲੜ ਕੇ ਇਹ ਇਨਾਮ ਦਵਾਇਆ ਸੀ ਠੀਕ ਹੈ ਜੀ ਔਰ ਮੈਂ ਸਮਝਦਾ ਕਿ ਇਹ ਸਾਡੇ ਘਾਟ ਰਹਿ ਜਾਂਦੀ ਹੈ ਕਿਹੜੇ ਯੋਗ ਉਮੀਦਵਾਰ ਹੁੰਦੇ ਨੇ ਉਹਨਾਂ ਨੂੰ ਪੁਰਸਕਾਰ ਨਹੀਂ ਮਿਲਦੇ ਮੇਰੇ ਤੇ ਨਰਾਜ਼ਗੀਆਂ ਹੋਈਆਂ ਜੀ ਮੈਨੂੰ ਪਰੇਸ਼ਾਨ ਕੀਤਾ ਗਿਆ ਕਿ ਇਹਨੇ ਇੱਕ ਗੀਤਕਾਰ ਨੂੰ ਇਨਾਮ ਦਵਾਇਆ ਆ ਸਾਡੀ ਵਿਦਵਾਨੀ ਦਾ ਹਾਲ ਹੈ ਪੰਜਾਬ ਦੇ ਵਿੱਚ ਜੇ ਕਿਸਾਨੀ ਦਾ ਹਾਲ ਮਾੜਾ ਹੈ ਵਿਦਵਾਨੀ ਦਾ ਹਾਲ ਵੀ ਮਾੜਾ ਹੈ ਜੀ 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 ਉਦੋਂ ਬਾਅਦ ਉਦੋਂਪੁਰ ਟੂਰ ਲੱਗਣਾ ਸੀ ਸਰਕਾਰ ਵੱਲੋਂ ਜੀ 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 ਉਹਦੇਪੁਰ ਟੂਰ ਲੱਗਣਾ ਸੀ ਹਸਨਪੂਰੀ ਸਾਹਿਬ ਨੂੰ ਵੀ ਸੱਦਾ ਮਿਲਿਆ ਇੱਕ ਜਲੰਧਰ ਦੇ ਬੜੇ ਵੱਡੇ ਲਖਾਰੀ ਸੀ ਉਲਫਤ ਬਾਜ਼ਵਾ ਉਲਫਤ ਬਾਜ਼ਵਾ ਉਹਨਾਂ ਨੂੰ ਵੀ ਸੱਦਾ ਮਿਲਿਆ ਜੀ ਤੇ ਮੈਂ ਬੋਰਡ ਦਾ ਮੈਂਬਰ ਸੀ ਸਰਕਾਰੀ ਤੌਰ ਤੇ ਮੈਂ ਵੀ ਜਾਣਾ ਸੀ ਮੈਂ ਵੀ ਗਿਆ ਜਿਨ੍ਹਾਂ ਨੂੰ ਜਿਹੜੇ ਬੰਦੇ ਹਸਨਪੂਰੀ ਦੇ ਉਲਟੇ ਨਾਮ ਮੰਗਦੇ ਸੀ ਉਹ ਵੀ ਗਏ ਵੇ ਉੱਥੇ ਉਹ ਮੈਨੂੰ ਵੇਖ ਕੇ ਖਫਾ ਹੋਣ ਵੀ ਇਹ ਬੰਦੇ ਨੇ ਸਾਡਾ ਕੰਮ ਗਾਲਤਾ ਤੇ ਹਸਨਪੂਰੀ ਦਾ ਕੰਮ ਇਹਨੇ ਬਣਾਤਾ ਤੇ ਅੱਜ ਇੱਥੇ ਤੁਰਿਆ ਫਿਰਦਾ ਉਹ ਬੰਦਿਆਂ ਨੇ ਮੇਰੇ ਤੇ ਕੜਤਨ ਰੱਖੀ ਤੇ ਹਸਨਪੂਰੀ ਨੇ ਉੱਥੇ ਡਟ ਕੇ ਕਿਹਾ ਅੱਜ ਸੁਰਗਾਂ ਚ ਵਾਸਾ ਹੋਵੇ ਮੈਂ ਅੱਖਾਂ ਭਰ ਆਈਆਂ ਮੇਰੀਆਂ ਗੱਲ ਕਰ ਦੇਦੀਆਂ ਉਹ ਕਹਿੰਦਾ ਜੇ ਇਸ ਮੁੰਡੇ ਵਾਲੀ ਕਿਸੇ ਨੇ ਹੱਥ ਵੀ ਚੱਕਿਆ ਜਾਂ ਅੱਖ ਵੀ ਚੱਕੀ ਮੇਰੀ ਲਾਸ਼ ਦੇ ਉੱਤੋਂ ਦੀ ਲੰਘ ਕੇ ਫੇਰ ਕੋਈ ਚੱਕੂਗਾ ਜੀ ਮਤਲਬ ਕਹਿਣ ਤੋਂ ਇੱਕ ਜ਼ੁਰਤ ਸੀ ਇੱਕ ਦਲੇਰੀ ਸੀ ਇੱਕ ਉਹਨਾਂ ਦੇ ਵਿੱਚ ਪੂਰੀ ਅਣਖ ਸੀ ਕਿ ਏਡੇ ਵੱਡੇ ਗੀਤਕਾਰ ਨੂੰ ਇਹ ਵਿਦਵਾਨ ਬੰਦੇ ਮੈਨੂੰ ਇੱਕ ਵੱਡਾ ਹਵਾ ਚ ਲਟਕਦਾ ਸਵਾਲ ਹੈ ਕੁਲਦੀਪ ਜੀ ਕਿ ਕੀ ਗੀਤਕਾਰ ਦੀ ਦੇਣ ਨਹੀਂ ਹੁੰਦੀ ਸਮਾਜ ਨੂੰ ਬਹੁਤ ਹੁੰਦੀ ਹੈ ਜੇ ਨਹੀਂ ਦੇਣ ਤੇ ਫਿਰ ਉਹਦੇ ਗੀਤ ਕਿਉਂ ਸੁਣਦੇ ਆ ਠੀਕ ਹੈ ਜੀ ਨਹੀਂ ਉਹਨੇ ਜ਼ਿੰਦਾ ਰੱਖਿਆ ਜੀ ਆਪਣੇ ਜ਼ਿੰਦਾ ਰੱਖਿਆ ਜਿਹੜਾ ਸ਼ਾਇਰ ਆ ਸ਼ਾਇਰ ਦਾ ਆਪਣਾ ਕੇਵਰੇ ਉਸ ਦਾ ਇੱਕ ਅੰਦਾਜ਼ ਹੁੰਦਾ ਹੈ ਉਸ ਨੇ ਆਪਣੇ ਅੰਦਾਜ਼ ਦੇ ਵਿੱਚ ਚੀਜ਼ਾਂ ਨੂੰ ਬਿਆਨ ਕਰਨਾ ਹੁੰਦਾ ਆਪਣੀ ਇੱਕ ਭਾਵਨਾ ਹੁੰਦੀ ਹੈ ਆਪਣੀ ਸੋਚ ਵੀ ਹੁੰਦੀ ਹੈ ਔਰ ਕਵੀ ਦੇ ਰੂਪ ਦੇ ਵਿੱਚ ਉਹ ਗੀਤ ਲਿਖਦਾ ਹੈ ਜਾਂ ਕੀ ਲਿਖਦਾ ਹੈ ਇੱਕ ਵੱਖਰੀ ਗੱਲ ਹੈ ਉਹਨੂੰ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਮੈਂ ਪਟਿਆਲੇ ਆ ਗਿਆ ਜੀ ਪਾਸ਼ਾ ਵਿਭਾਗ ਚ ਜੀ ਉੱਥੇ ਉਦੋਂ ਪਹਿਲਾਂ ਮੈਂ ਨਾ ਕਲਾਸ 4 ਜੌਬ ਕਰਦਾ ਸੀ ਇਹ ਬੋਰਡ ਦਾ ਮੈਂਬਰ ਬਣਨ ਤੋਂ ਪਹਿਲਾਂ ਅੱਛਾ ਜੀ ਤੇ ਹਸਨਪੂਰੀ ਜੀ ਉੱਥੇ ਬੋਲਣ ਕਵਤਾ ਬੋਲਣਾ ਹੁੰਦੇ ਹੁੰਦੇ ਸੀ ਉੱਥੇ ਰਹਿੰਦੇ ਸੀ ਮੈਂ ਮਿਲਦਾ ਸੀ ਸੇਵਾ ਖੂਬਾ ਕਰਨੀ ਚਾਹ ਪਾਣੀ ਲਿਆ ਕੇ ਫੜਾ ਦੇਣਾ ਮੈਂ ਉਹਨਾਂ ਨੂੰ ਤੇ ਉੱਥੇ ਮੈਂ ਨਿਰਾਸ਼ ਬੈਠਾ ਕਿਉਂਕਿ ਜਿਹੜਾ ਸਮੇਂ ਦਾ ਡਾਇਰੈਕਟਰ ਸੀ ਉਹ ਮੈਨੂੰ ਪਰੇਸ਼ਾਨ ਕਰਦਾ ਸੀ ਕਦੇ ਮਾਲੀ ਦੀ ਪੋਸਟ ਤੇ ਕਦੇ ਕਲਰਕ ਦੀ ਪੋਸਟ ਤੇ ਕਦੇ ਡਿਸਪੈਚਰ ਦੀ ਪੋਸਟ ਤੇ ਕਦੇ ਕੂਲਰਾਂ ਚ ਪਾਣੀ ਪਵਾਉਣਾ ਤੇ ਮੈਂ ਕਰਦਾ ਰਿਆ ਸਾਰਾ ਰੋਟੀ ਪਿੱਛੇ ਤੇ ਇੱਕ ਦਿਨ ਮੈਂ ਨਰਾਸ਼ ਬੈਠਾ ਸੀ ਤੇ ਹਸਨਪੂਰੀ ਜੀ ਆਏ ਕਹਿੰਦੇ ਕੀ ਗੱਲ ਹੋ ਗਈ ਤੂੰ ਐ ਦਿਲਟਾ ਹੀ ਬੈਠਾ ਹੈ ਤੇ ਉਹਨਾਂ ਨੇ ਉਹੀ ਸ਼ੇਅਰ ਸੁਣਾਇਆ ਜਿਹੜਾ ਮੈਂ ਤੁਹਾਨੂੰ ਸੁਣਾ ਕੇ ਹਟਿਆ ਕੀ ਹੋਇਆ ਜੇ ਰਾਹ ਦੇ ਵਿੱਚ ਕਠਿਨਾਈਆਂ ਨੇ ਤਾਂ ਮੈਨੂੰ ਇਹ ਸੁਣਾ ਕੇ ਕਹਿੰਦੇ ਹੱਸੀ ਜਾ ਤੂੰ ਕਿਉਂਕਿ ਡਾਇਰੈਕਟਰ ਦਾ ਨਾਮ ਵੀ ਹਸੀਜਾ ਸੀ ਤੇ ਕਹਿੰਦੇ ਹੱਸੀ ਜਾ ਉਹ ਉਨਾਂ ਨੇ ਮੈਈ ਤੇ ਤਾਲ ਦਿੱਤਾ ਡਮ ਡੰਗ ਹੱਸੀ ਜਾ ਤੇ ਮੈਂ ਵੀ ਗਾਉਣ ਲੱਗ ਗਿਆ ਉਹ ਕਹਿੰਦੇ ਉਹ ਵੀ ਗਾਉਣ ਲੱਗੇ ਹੱਸੀ ਜਾ ਹੱਸੀ ਜਾ ਹੱਸੀ ਜਾ ਵੱਲ ਦੁਨੀਆ ਨੂੰ ਯਾਰਾ ਜੀਣ ਦਾ ਹੱਸ ਹੱਸ ਕੇ ਤੂੰ ਦੱਸੀ ਜਾ ਹੱਸੀ ਜਾ ਹੱਸੀ ਜਾ ਹੱਸੀ ਜਾ ਹੱਸੀ ਮਤਲਬ ਇੱਕ ਬੰਦੇ ਚ ਹੌਸਲਾ ਭਰ ਦੇਣਾ ਉਹ ਚ ਜਜ਼ਬਾ ਭਰ ਦੇਣਾ ਉਹਦੇ ਚ ਇੱਕ ਰੰਗ ਭਰ ਦੇਣਾ ਕਿ ਉਹ ਬੰਦਾ ਖੁਸ਼ ਹੋ ਜਵੇ ਤੁਸੀਂ ਗੱਲ ਕੀਤੀ ਹੈ ਉਹਦੇ ਉੱਪਰ ਟੂਰ ਦੀ ਪਹਿਲਾਂ ਤੁਸੀਂ ਦੱਸਿਆ ਕਿ ਬੜੀ ਜਗ੍ਹਾ ਤੇ ਜਾਂਦੇ ਰਹੇ ਨੇ ਬੰਬੇ ਵੀ ਉਹ ਬਹੁਤ ਘੁੰਮੇ ਨੇ ਇੰਡੀਆ ਦੇ ਹਰ ਖੁੰਝੇ ਚ ਗਏ ਨੇ ਵਿਦੇਸ਼ਾਂ ਵਿੱਚ ਵੀ ਜ਼ਰੂਰ ਗਏ ਹੋਣਗੇ ਉੱਥੇ ਦਾ ਕੋਈ ਐਕਸਪੀਰੀਅੰਸ ਕੋਈ ਇਸ ਤਰ੍ਹਾਂ ਦੀ ਯਾਦ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਕੈਨੇਡਾ ਇੰਗਲੈਂਡ ਵੀ ਗਏ ਆ ਉਹ ਪਰ ਇੰਗਲੈਂਡ 'ਚ ਉਹਨਾਂ ਦਾ ਮਾਣ ਤਾਨ ਬਹੁਤ ਘੱਟ ਹੋਇਆ ਅੱਛਾ ਜੀ ਕੈਨੇਡਾ ਗਏ ਤੇ ਮੈਨੂੰ ਉੱਥੋਂ ਫੋਨ ਆਇਆ ਕਹਿੰਦੇ ਵੀ ਮੈਂ ਬੜਾ ਖੁਸ਼ ਆ ਮੈਂ ਕਿਉਂ ਕਹਿੰਦੇ ਇੱਥੇ ਨਾ ਸਰਵਨ ਸਿੰਘ ਸਵਰਨ ਸਿੰਘ ਸੰਧੂ ਆ अच्छा जी ਤੇ ਉਹਨੇ ਮੇਰੀ ਪੈਨਸ਼ਨ ਬਣਤੀ 100 ਡਾਲਰ ਮਹੀਨਾ اچھا ਜੀ ਤੇ ਪਹਿਲਾਂ ਮੈਨੂੰ 100 ਡਾਲਰ ਪਹਿਲੀ ਕਿਸ਼ਤ ਉਹਨੇ ਦੇ ਵੀ ਦਿੱਤੀ ਆ ਤੇ ਪੰਜਾਬ ਸਰਕਾਰ ਸਾਡੀ ਪੈਨਸ਼ਨ ਕਦੋਂ ਬਨੂਗੀ ਇਹ ਤਾਂ ਇਹ ਮੁੱਦਾ ਠਾਓ اچھا ਜੀ ਤੇ ਉਹ ਬੜੇ ਖੁਸ਼ ਸੀਗੇ ਕੈਨੇਡਾ ਤੋਂ ਫੇਰ ਮੈਨੂੰ ਫੋਨ ਆਇਆ ਕਹਿੰਦੇ ਯਾਰ ਇੱਥੇ ਇੱਕ ਕਵੀ ਸਭਾ ਹੋਈ ਤੇ ਮੈਂ ਉੱਥੇ ਬੋਲਿਆ ਤੇ ਲੋਕ ਤਾਂ ਜੇਬਾਂ ਕੁੱਟ ਕੇ ਬੈਠੇ ਰਹੇ اچھا ਜੀ ਤੇ ਮੈਂ ਕਹਿੰਦਾ ਖਾਸੇ ਗੀਤ ਗੂਤ ਪੜੇ ਤੇ ਮੈਂ ਉੱਥੇ ਕਿਹਾ ਵੀ ਜੇ ਇਹ ਹੀ ਮੇਰੇ ਗੀਤ ਜਿਹੜੇ ਗਾਇਕਾਂ ਨੇ ਗਾਏ ਆਹਾ ਲੰਗੜ ਭੂੰਗੜ ਜਿਹੜੇ ਗਾਇਕ ਆਪਦੇ ਆਪ ਨੂੰ ਕਹਉਂਦੇ ਆ ਜੀ ਤੇ ਜੇ ਇਹ ਗਾਉਂਦਾ ਹੁੰਦਾ ਕੋਈ ਨੱਚ-ਨੱਚ ਕੇ ਟੱਪ-ਟੱਪ ਕੇ ਤੇ ਤੁਸੀਂ ਇੱਥੇ ਡਾਲਰ ਸਿੱਟੀ ਜਾਣੇ ਸੀ ਹੁਣ ਤੁਸੀਂ ਕੱਚਾ-ਛੱਤ ਲਈ ਬੈਠੇ ਹੋ ਜੇਬਾਂ ਕੁੱਟੀ ਬੈਠੇ ਹੋ ਮੇਰਾ ਸੰਗ ਸੁੱਕ ਕੇ ਗਾਉਂ ਬੋਲਦੇ ਦਾ ਮੇਰੀ ਕੋਈ ਕਦਰ ਨਹੀਂ ਮੈਂ ਗੀਤ ਲਿਖਿਆ ਗੀਤਕਾਰ ਦੇ ਪਰਾਂ ਤੇ ਗਾਇਕੋਟ ਦੇ ਫਿਰਦੇ ਆ ਤੁਹਾਨੂੰ ਕਹਿੰਦਾ ਮਾੜੀ-ਮੋਟੀ ਵੀ ਤੱਕ ਸਮਝ ਚਾਹੀਦੀ ਆ ਵੀ ਕਿ ਸ਼ਾਇਰ ਨੂੰ ਵੀ ਕੁਝ ਦੇਣਾ ਜੀ ਕਹਿੰਦਾ ਲੋਕਾਂ ਨੇ ਉੱਠ-ਉੱਠ ਕੇ ਜਿਹੜੇ ਹੈ ਕਿਸ ਨੇ 100 ਡਾਲਰ ਕਿਸ ਨੇ 50 ਡਾਲਰ ਇਹਦੇ ਕੋਲੇ ਨਹੀਂ ਸੀ ਉਹ ਏਟੀਐਮ ਚੋਂ ਲੈ ਕੇ ਆਇਆ ਤੇ ਮੇਰਾ ਕਹਿੰਦਾ ਵੀ ਬੜਾ ਮਾਨ ਸਨਮਾਨ ਕੀਤਾ ਲੋਕਾਂ ਨੇ ਤੇ ਮੈਂ ਬਹੁਤ ਖੁਸ਼ ਆ ਵੀ ਕੈਨੇਡਾ ਵਾਲਿਆਂ ਨੇ ਘਟੋ ਘਟ ਇੱਕ ਲਖਾਰੀ ਦੀ ਇੱਜ਼ਤ ਕਰਕੇ ਉਹਦਾ ਹੌਸਲਾ ਵਧਾਇਆ ਨਹੀਂ ਤੇ ਜਿਹੜੇ ਗੀਤਕਾਰ ਆ ਜਾਂ ਕਵੀ ਆ ਇਹ ਵਿਚਾਰੇ ਪਿੱਛੇ ਰਹਿ ਜਾਂਦੇ ਆ ਖਿਡਾਰੀਆਂ ਨੂੰ ਵੀ ਕਹਿੰਦਾ ਬੜੇ ਪੈਸੇ ਮਿਲਦੇ ਆ ਅੱਛਾ ਜੀ ਲੀਡਰ ਇੱਥੇ ਆਉਂਦੇ ਆ ਲੀਡਰਾਂ ਨੂੰ ਵੀ ਬੜੇ ਪੈਸੇ ਮਿਲਦੇ ਆ ਗੌਣ ਵਾਲਿਆਂ ਨੂੰ ਤਾਂ ਮਿਲਦੇ ਹੀ ਆ ਜੀ ਫਿਲਮਾਂ ਵਾਲਿਆਂ ਨੂੰ ਪਹਿਲਾਂ ਹੀ ਬਹੁਤ ਪੈਸੇ ਮਿਲਦੇ ਆ ਤੇ ਕਹਿੰਦਾ ਲਖਾਰੀ ਨੂੰ ਜਿਹੜਾ ਹੈ ਇਹ ਪਹਿਲੀ ਵਾਰੀ ਮਾਨ ਹੋਇਆ ਤੇ ਤੂੰ ਕਹਿੰਦਾ ਇੱਕ ਲੇਖ ਬਣਾ ਕੇ ਲਿਖ ਵੀ ਹਸਨਪੁਰੀ ਦਾ ਕੈਨੇਡਾ 'ਚ ਜਿਹੜਾ ਹੈ ਬੜਾ ਹੌਸਲਾ ਵਾਜਿਆ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਗੱਲ ਇਹ ਮੁੱਦਾ ਵੀ ਇੱਕ ਹੈ ਜਿਹੜਾ ਅੱਜ ਦੇ ਸੰਬੰਧ ਵਿੱਚ ਜਿਹਦਾ ਬਾਂਲੇ ਦੇਸ਼ਾਂ ਵੱਲ ਆਮ ਤੌਰ ਤੇ ਟੂਰ ਲਾਉਣ ਦਾ ਮਨ ਸਾਰਿਆਂ ਦਾ ਕਰਦਾ ਹੈ ਚਾਹੇ ਉਹ ਕੀਰਤਨੀਏ ਹੋਣ ਹੇ ਗਾਇਕ ਹੋਣਾ ਚਾਹੀਦਾ ਹੈ ਕਹਾਣੀਆਂ ਤੇ ਸਾਧਾ ਨੂੰ ਤਾਂ ਬਹੁਤ ਪੈਸੇ ਮਿਲਦੇ ਆ ਤੇ ਫਿਰ ਇਹ ਬੈਲੈਂਸ ਕਿਵੇਂ ਬਣਾਇਆ ਜਾਵੇ ਦਰਸ਼ਕਾਂ ਵਾਸਤੇ ਜਿਹੜੇ ਸੁਣ ਦੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਦੱਸਣਾ ਵੀ ਕਿਵੇਂ ਅਸੀਂ ਇਹ ਪਛਾਣ ਕਿਵੇਂ ਕਰੀਏ ਕਿ ਕਿਹਨੂੰ ਲੋੜ ਹੈ ਤੇ ਕਿੰਨੀ ਲੋੜ ਹੈ ਸਿਆਣੇ ਬੰਦੇ ਸਮਝਦੇ ਸਾਡੇ ਸਾਰੇ ਬੈਠੇ ਸਿਆਣੇ ਆ ਬੜੇ ਸਿਹਰਤ ਦਾ ਬੜੀ ਮਦਦ ਕਰਦੇ ਆ ਮੇਰੇ ਵਰਗਿਆਂ ਦੀ ਵੀ ਕੀਤੀ ਹੈ ਪਰ ਇਹ ਸਮਝ ਜਾਵੇ ਕਿ ਲਿਖਾਰੀ ਕਵੀ ਕਲਮਕਾਰ ਇਹ ਸਾਡੇ ਸਮਾਜ ਦਾ ਵੀ ਅੰਗ ਹੁੰਦੇ ਆ ਜੇ ਖਿਡਾਰੀ ਐ ਰਾਗੀ ਐ ਢਾਡੀ ਐ ਕਵੀਸ਼ਰ ਐ ਕਥਾ ਪ੍ਰਚਾਰਕ ਐ ਗਵਈਆ ਐ ਐਕਟਰ ਐ ਰਾਜਨੇਤਾ ਐ ਅਫਸਰ ਐ ਸਭ ਨੂੰ ਪੈਸੇ ਤੁਸੀਂ ਦਿੰਦੇ ਹੋ ਤੇ ਹਸਨਪੁਰੀ ਵਰਗੇ ਬੰਦਿਆਂ ਦਾ ਹੱਕ ਵੀ ਬਣਦਾ ਇਹ ਪ੍ਰਕਰਦੇ ਵੀ ਆ ਬੰਦੇ ਬਹੁਤ ਬੰਦਿਆਂ ਨੇ ਇਦਾਂ ਦੇ ਲਖਾਰੀ ਬਹੁਤ ਗਏ ਵਿਚਾਰੇ ਬੜਿਆਂ ਲੋਕਾਂ ਦੀ ਮਦਦ ਕੀਤੀ ਜਿਨ੍ਹਾਂ ਦੇ ਇੱਥੇ ਕੱਚੇ ਕੋਠੇ ਵੀ ਨਹੀਂ ਸੀਗੇ ਉਹਨਾਂ ਦੇ ਕੱਚੇ ਕੋਠੇ ਵੀ ਪੱਕੇ ਇਹਨਾਂ ਕਨੇਡਾ ਆਲਿਆਂ ਨੇ ਕੀਤੇ ਆ ਜਿਹੜੀ ਇੱਕ ਸੂਖਮਤਾ ਹੁੰਦੀ ਹੈ ਸੂਖਮ ਲੋਕ ਹੁੰਦੇ ਨੇ ਉਹਨਾਂ ਦੀ ਖਾਤਰ ਕਰਨੀ ਵੀ ਬਣਦੀ ਹੈ ਮੇਰਾ ਖਿਆਲ ਹੈ ਕਿ ਸੰਦੇਸ਼ ਜਾਂਦਾ ਹੈ ਇਹਦੇ ਨਾਲ ਕਿ ਉਹਨਾਂ ਲੋਕਾਂ ਦਾ ਵੀ ਖਿਆਲ ਰੱਖੋ ਜੋ ਜੋ ਪਿੱਛੇ ਰਹਿ ਕੇ ਸੀਨ ਜਦੇ ਭਾਵੇਂ ਉਹ ਸਾਹਮਣੇ ਸਟੇਜਾਂ ਤੇ ਨਜ਼ਰ ਨਹੀਂ ਆਉਂਦੇ ਪਰ ਉਹਨਾਂ ਬਾਰੇ ਜਿਹੜਾ ਉਹਨਾਂ ਦਾ ਖਿਆਲ ਰੱਖਣਾ ਵੀ ਫਰਜ਼ ਸਾਡਾ ਬਣਦਾ ਹੈ ਪਹਿਲਾ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਬਾਹ ਫੜੇ ਫਿਰ ਸਮਾਜ ਦਾ ਫਰਜ਼ ਹੁੰਦਾ ਹੈ ਠੀਕ ਹੈ ਜੀ ਨਿੰਦਰ ਜੀ ਇੱਕ ਬ੍ਰੇਕ ਤੋਂ ਬਾਅਦ ਅਸੀਂ ਆਵਾਂਗੇ ਤੇ ਫਿਰ ਇਸ ਮੁੱਦੇ ਤੇ ਗੱਲਬਾਤ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਨਿੰਦਰਜੀਤ ਹਸਨਪੂਰੀ ਜੀ ਨੂੰ ਯਾਦ ਕਰ ਰਹੇ ਹਾਂ ਪ੍ਰੋਗਰਾਮ ਕੋਲ ਬੈ ਕੇ ਸੁਣ ਸੱਜਣਾ ਵਿੱਚ ਨਿੰਦਰਜੀਤ ਉਹਨਾਂ ਬਾਰੇ ਤੁਸੀਂ ਦੱਸਿਆ ਤੁਸੀਂ ਲੰਬਾ ਸਮਾਂ ਵੀ ਉਹਨਾਂ ਨਾਲ ਬਤਾਇਆ ਕਿਤਾਬਾਂ ਉਹ ਤੁਸੀਂ ਬਹੁਤ ਸਾਰੇ ਲੋਕਾਂ ਬਾਰੇ ਲਿਖਿਆ ਪੰਜਾਬ ਦੇ ਕਵੀ ਗਾਇਕ ਗੀਤਕਾਰ ਹੋਰ ਬਹੁਤ ਕੁਝ ਲਿਖਿਆ ਇਹਨਾਂ ਬਾਰੇ ਕੀ ਲਿਖਿਆ ਤੇ ਕਿਸ ਤਰ੍ਹਾਂ ਲਿਖਿਆ ਤੇ ਕਿਹੜੀ-ਕਿਹੜੀ ਕਿਤਾਬ ਚ ਇਹਨਾਂ ਬਾਰੇ ਮੈਂ ਇੱਕ ਲੇਖ ਲਿਖਿਆ ਸੀ ਬਹੁਤ ਲੰਬਾ ਚਾਂਦੀ ਦਾ ਗੜਵਾ ਉਦਾਸ ਹੈ ਬੜੇ ਲੋਕਾਂ ਨੇ ਪੜ੍ਹਿਆ ਤੇ ਪਸੰਦ ਵੀ ਕੀਤਾ ਮੋਹ ਮੇਤਰਾ ਦਾ ਮੋਹ ਇੱਕ ਮੇਰੀ ਕਿਤਾਬ ਹੈ ਉਹਦੇ ਵਿੱਚ ਉਹ ਸ਼ਾਮਲ ਹੈ ਔਰ ਇੱਕ ਕਿਤਾਬ ਹੈਗੀ ਆ ਵੱਡਿਆਂ ਦੀ ਸਾਥ ਉਹਦੇ ਵਿੱਚ ਵੀ ਉਹ ਸ਼ਾਮਲ ਹੈ ਇੱਕ ਹੈਗੀ ਆ ਸੱਜਣ ਮੇਰੇ ਰੰਗਲੇ ਉਹਦੇ ਵਿੱਚ ਵੀ ਉਹ ਸ਼ਾਮਲ ਹੈ ਤਾਂ ਹੁਣ ਮੈਂ ਇੱਕ ਵਧਾ ਕੇ ਕਾਫੀ ਵੱਡਾ ਲੇਖ ਹੋਰ ਤਿਆਰ ਕੀਤਾ ਜਿਹੜਾ ਮੇਰੀ ਆਉਣ ਵਾਲੀ ਨਵੀਂ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਕਰੂੰਗਾ ਕਿਉਂਕਿ ਜਦੋਂ ਮੈਂ ਲੁਧਿਆਣੇ ਜਾਣਾ ਤੇ ਜਸਵਾਲ ਸਾਹਿਬ ਵੀ ਚੜ੍ਹਾਈ ਕਰ ਗਏ ਉਸੇ ਰੋਡ ਦੇ ਉੱਤੇ ਜਦੋਂ ਇਹ ਫਰੋਜਪੁਰ ਰੋਡ ਤੇ ਆਉਂਦਾ ਚਾਂਦੀ ਦਾ ਗੜਵਾ ਇਹਨਾਂ ਦੀ ਰੈ residense ਤੇ ਉਧਰ ਨੂੰ ਜਦੋਂ ਝਾਕੀਦਾ ਜਿੱਥੇ ਰੌਣਕ ਹੁੰਦੀ ਸੀ ਤੇ ਉਧਰ ਨੂੰ ਝਾਕ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਔਰ ਉਹ ਗੜਵਾ ਉਦਾਸ ਲੱਗਦਾ ਜੀ ਤੁਸੀਂ ਇੱਕ ਹੋਰ ਘਟਨਾ ਬਿਆਨ ਕਰ ਰਹੇ ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਬਾਬਤ ਉਹਨਾਂ ਦੀ ਤੁਸੀਂ ਕੁਲਦੀਪ ਮਾਨਕ ਵਾਲੀ ਗੱਲ ਵੀ ਸਾਂਝੀ ਕੀਤੀ ਤੇ ਇਹਨਾਂ ਨਾਲ ਵੀ ਕੋਈ ਸੰਬੰਧਿਤ ਕੋਈ ਗੱਲ ਹੈ ਜਿਹੜੀ ਤੁਸੀਂ ਦੱਸਣੀ ਚਾਹੋਗੇ ਜਸਵਾਲ ਸਾਹਿਬ ਨੇ ਪ੍ਰਤਾਪ ਸਿੰਘ ਕੈਰੋਂ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ 인ਦਰਜੀਤ ਹਸਨਪੁਰੀ ਐ ਬੜੇ ਵੱਡੇ ਗੀਤਕਾਰ ਐ ਅੱਛਾ ਜੀ ਇਹਨਾਂ ਨੇ ਬਹੁਤ ਗੀਤ ਲਿਖਿਆ ਤੇ ਕੈਰੋਂ ਸਾਹਿਬ ਹੱਸ ਕੇ ਕਹਿੰਦੇ ਆ ਵੀ ਮੈਂ ਕਿਉਂ ਨਹੀਂ ਜਾਣਦਾ ਉਹ ਕੁਕੜੀਆਂ ਇਹਨੇ ਆਂਡੇ ਨਹੀਂ ਦਿੰਦੀਆਂ ਜਿੰਨੇ ਇਹਨੇ ਗੀਤ ਲਿਖਿਆ ਬਾਦਸ਼ਾਹ ਹਸਨਪੁਰੀ ਸਾਹਿਬ ਨਾ ਸਵਾਲ ਨੂੰ ਕਹਿੰਦੇ ਵੀ ਮੈਨੂੰ ਟੀਚਰ ਕੀਤੀ ਐ ਕਿ ਮੇਰੀ ਸਿਫਤ ਕੀਤੀ ਐ ਵਾਕਿਆ ਜੀ ਬੜੀਆਂ ਗੱਲਾਂ ਹੁੰਦੀਆਂ ਨੇ ਇਹ ਤਾਂ ਮਤਲਬ ਐ ਪ੍ਰਤਾਪ ਸਿੰਘ ਕੈਰੋਂ ਹੁਣੇ ਕਾਫੀ ਦੇਖ ਲਓ ਸਮਾਂ ਪਹਿਲਾਂ ਮੁੱਖ ਮੰਤਰੀ ਸਨ ਤੇ ਉਦੋਂ ਬੀਨਾ ਦਾ ਕਾਫੀ ਨਾਮ ਸੀ ਕਿ ਉਦੋਂ ਤੱਕ ਹੀ ਕਾਫੀ ਗੀਤ ਲਿਖ ਚੁੱਕੇ ਸਨ ਹਾਂ ਕੈਰੋਂ ਨੂੰ ਵੀ ਕਦਰ ਸੀ ਨਾ ਗਿਆਨੀ ਜ਼ੈਲ ਸਿੰਘ ਨੂੰ ਵੀ ਕਦਰ ਸੀ ਕਲਾਕਾਰ ਲਖਾਰੀਆਂ ਬੰਦਿਆਂ ਨੂੰ ਬੁਲਾ ਕੇ ਕੈਰੋਂ ਨੇ ਤਾਂ ਬਹੁਤ ਕੁਝ ਕੀਤਾ ਡਾਕਟਰ ਐਮ ਐਸ ਰੰਧਾਵਾ ਨੂੰ ਮੂਹਰੇ ਲਿਆ ਕੇ ਤੇ ਕਿੰਨਾ ਕੰਮ ਪੰਜਾਬ ਦੀ ਕਲਾ ਵਾਸਤੇ ਚੰਡੀਗੜ੍ਹ ਵਾਸਤੇ ਕੰਮ ਕਰਾਇਆ ਔਰ ਕਦਰ ਕਰਦੇ ਸੀਗੇ ਡਾਕਟਰ ਰੰਧਾਵਾ ਵੀ ਹਸਨਪੂਰੀ ਜੀ ਦੀ ਬੜੀ ਕਦਰ ਕਰਦੇ ਸੀ ਖੇਤੀਬਾੜੀ ਲਈ ਵੀ ਬਹੁਤ ਕਰਾਇਆ ਖੇਤੀਬਾੜੀ ਵਾਸਤੇ ਬੜਾ ਕਰਾਇਆ ਰੰਧਾਵਾ ਨੇ ਹਸਨਪੂਰੀ ਜੀ ਨੂੰ ਇਹ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦੀ ਖੇਤੀ ਇਹ ਇਹਨਾਂ ਦੇ ਉੱਤੇ ਗੀਤ ਲਿਖੋ ਫਿਰ ਜਦੋਂ ਇਹਨਾਂ ਨੇ ਖੇਤਾਂ ਦੀ ਬੱਲੇ ਬੱਲੇ ਕਰਾਈ ਹੈ ਨਾ ਗੀਤਾਂ 'ਚ ਉਹਦੇ ਨਾਲ ਫਿਰ ਜਦੋਂ ਗੀਤ ਰੇਡੀਓ ਦਾ ਜਮਾਨਾ ਸੀ ਰੇਡੀਓ ਤੇ ਆ ਕੇ ਵਜੇ ਆ ਇਧਰ ਕਣਕਾਂ ਉਧਰ ਕਣਕਾਂ ਵਿੱਚ ਕਿਹਿਆਰੀ ਬਾਥੂ ਦੀ ਜਾਣੀ ਬੰਦ ਤੋਂ ਰੋਟੀ ਲੈ ਜਾ ਰੋਟੀ ਲੈ ਜਾ ਬਾਪੂ ਦੀ ਇਹ ਗੀਤ ਵਜਨ ਕਰਕੇ ਫਿਰ ਪੰਜਾਬ ਦੇ ਕਿਸਾਨਾਂ ਨੂੰ ਹਲਾਰਾ ਆਇਆ ਵੀ ਸਾਡੇ ਵੀ ਕੋਈ ਗੀਤ ਗੰਦ ਆ ਸਾਡੇ ਵੀ ਕੋਈ ਗੀਤ ਲਿਖਦਾ ਸਾਡੀ ਵੀ ਕੋਈ ਗੱਲ ਚੱਲਦੀ ਆ ਇੱਕ ਸਮਾਂ ਸੀ ਬੜਾ ਸੁਨਹਿਰੀ ਸਮਾਂ ਸੀ ਇੱਕ ਕੇਵਲ ਇਹ ਕਿਸੇ ਜਗ੍ਹਾ ਦੀ ਗੱਲ ਹੁੰਦੀ ਹੈ ਜਦੋਂ ਗੁਰਬਖਸ਼ ਸਿੰਘ ਪੀਤਲੜੀ ਦੀ ਗੱਲ ਕਰਦੇ ਹਾਂ ਤਾਂ ਪ੍ਰੀਤ ਨਗਰ ਦਾ ਚੇਤਾ ਆਉਂਦਾ ਹੈ ਹੋਰ ਬਹੁਤ ਸਾਰੇ ਸ਼ਾਇਰਾਂ ਦਾ ਸਾਹਿਤਕਾਰਾਂ ਦਾ ਨਾਵਲਕਾਰਾਂ ਦਾ ਚੇਤਾ ਆਉਂਦਾ ਹੈ ਲੁਧਿਆਣੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਦੋਂ ਵੀ ਇੱਕ ਜੁੱਟ ਜਿਹਾ ਵੱਜਦਾ ਹੈ ਇੱਥੇ ਇੰਨੇ ਸਾਰੇ ਲੋਕ ਇਕੱਠੇ ਹੋਏ ਨੇ ਰਹੇ ਨੇ ਆਪਸੀ ਸਮਾਂ ਬਤਾਇਆ ਤੇ ਪੰਜਾਬ ਦੇ ਸਾਹਿਤ ਨੂੰ ਤੇ ਹੋਰ ਇਸ ਤਰ੍ਹਾਂ ਦੀ ਪੰਜਾਬ ਦੇ ਜਿਹੜੀਆਂ ਜਿਹ ਜੋ ਲੋਕਾਂ ਨੂੰ ਜੋੜਨ ਵਾਲੀਆਂ ਗੱਲਾਂ ਸਨ ਉਹ ਉਸ ਬਾਬਤ ਕੰਮ ਹੋਇਆ ਜਸਵਾਲ ਸਾਹਿਬ ਦੇ ਨਾਲ ਇਹ ਬਹੁਤ ਜ਼ਿਆਦਾ ਰਹੇ ਨੇ ਮਹੋਸਤ ਜੀ ਮੈਂ ਦੱਸਣ ਲੱਗਾ ਜੀ ਜਸਵਾਲ ਦਾ ਗੁਰਦੇਵ ਨਗਰ ਆਰਤੀ ਚੌਂਕ ਦੇ ਪਿੱਛੇ ਜਿਹੜਾ ਆਲਣਾ ਸੀ ਬਹੁਤ ਵੱਡਾ ਘਰ ਘਰ ਨੂੰ ਆਲਣਾ ਲਿਖਦੇ ਸਾਨੂੰ ਆਲਣਾ ਲਿਖਦੇ ਬਾਹਰ ਵੱਡਾ ਦਰਵਾਜ਼ਾ ਬੜਾ ਵੱਡਾ ਸੀ ਗੇਟ ਮੈਂ ਕਿਹਾ ਐਡਾ ਵੱਡਾ ਗੇਟ ਕਿਉਂ ਰਖਾਇਆ ਕਹਿੰਦਾ ਯਾਰੀ ਰੱਖਣੀ ਊਠਾਂ ਨਾਲ ਤੇ ਦਰਵਾਜ਼ੇ ਰੱਖਣੇ ਭੀੜੇ ਕਹਿੰਦਾ ਇਹਦੇ ਵਿੱਚ ਜੇ ਊਠ ਵੀ ਮੇਰੇ ਘਰੇ ਹਾਥੀ ਵਾਲਾ ਆਉਂਦਾ ਕੋਈ ਜੰਗਮ ਆਉਂਦੇ ਆ ਕੋਈ ਊਠਾਂ ਵਾਲੇ ਆਉਂਦੇ ਆ ਤੇ ਉਹ ਉਹ ਕਹਿੰਦਾ ਸੌਖਾ ਤਾਂ ਲੰਘ ਜੇ ਇਸ ਕਰਕੇ ਉੱਚਾ ਰਖਾਇਆ ਜੀ ਔਰ ਉੱਥੇ ਮਤਲਬ ਇੱਕ ਤਰ੍ਹਾਂ ਦੀ ਰੌਣਕ ਲੱਗੀ ਰਹਿੰਦੀ ਅਜਾਇਬ ਘਰ ਸੀ ਜਸਵਾਲ ਦਾ ਘਰ ਉੱਥੇ ਹਸਨਪੂਰੀ ਸਾਹਿਬ ਅਕਸਰ ਹੀ ਮਿਲ ਜਾਂਦੇ ਸੀ ਤੇ ਜਸਵਾਲ ਨੇ ਕਿਹਾ ਵੀ ਹਸਨਪੂਰੀ ਅੱਜ ਕੋਈ ਗੀਤ ਸੁਣਾ ਉਹਨੇ ਗੀਤ ਸੁਣਾ ਦੇਣਾ ਕੋਈ ਨਾ ਕੋਈ ਫਿਰ ਉਹਨੇ ਕਿਹਾ ਵੀ ਅੱਜ ਇੱਕ ਗੀਤ ਲਿਖ ਫਿਰ ਮੈਂ ਤੈਨੂੰ ਸਪੈਸ਼ਲ ਨਾਮ ਦੇਵਾਂ ਫਿਰ ਜਦੋਂ ਮੇਲਿਆਂ ਵਾਲੇ ਨੇ ਆਉਣਾ ਜਸੋਵਾਲ ਕੋਲੇ ਵੀ ਅਸੀਂ ਤਰੀਕ ਬੰਦਣੀ ਹੈ ਫਲਾਨੀ ਥਾਂ ਨੂੰ ਸਾਡੇ ਪਿੰਡ ਸੱਭਿਆਚਾਰਕ ਮੇਲਾ ਕਰਨਾ ਤੇ ਅਸੀਂ ਉੱਥੇ ਸਨਮਾਨਤ ਕਰਨਾ ਪੰਜਾਬ ਦੀਆਂ ਹਸਤੀਆਂ ਨੂੰ ਦੱਸੋ ਕਿਹੜੇ ਬੰਦਿਆਂ ਨੂੰ ਕਰੀਏ ਉਹਨੇ ਕਹਣਾ ਉਹ ਹੀਰਾ ਮਰਜੂ ਇਹ ਪੰਜਾਬ ਦਾ ਲਾਲ ਆ ਗੀਤਾਂ ਦਾ ਇਹ ਸਨਮੁਖ ਸਿੰਘ ਯਾਦ ਆ ਦੇਵ ਤਰੀਕਿਆਂ ਵਾਲਾ ਐਂਦਰਜੀ ਤਸਨਪੂਰੀ ਹੈ ਸਰਦਾਰ ਪੰਛੀ ਹੈ ਉਹਨੇ ਚੰਗੇ ਬੰਦੇ ਜਿਹੜੇ ਰੋਲ ਦੇ ਖੁੱਲਦੇ ਸੀ ਵਿਚਾਰੇ ਲੈ ਉਹ ਜਿਹੜਾ ਰਾਜਸਥਾਨੀ ਸੀ राम स्वरूप ਰਾਜਸਥਾਨੀ ਮਾਨਕ ਵਾਂਗੂੰ ਗਾਉਂਦਾ ਸੀ ਨਾ ਉਹਦੇ ਤੇ ਅੱਛਾ ਜੀ ਵੰਝਲੀ ਤੇ ਅੱਛਾ ਜੀ ਉਹ ਅਖੀਰਲੇ ਟਾਈਮ ਮਰ ਗਿਆ ਸੜਕ ਦੇ ਉੱਤੇ ਉਹਦਾ ਸੰਸਕਾਰ ਜਸੋਵਾਲ ਨੇ ਕੀਤਾ ਹਸਨਪੂਰੀ ਵੀ ਨਾਲ ਗਏ ਕੈਂਸਰ ਸੀ ਉਹਨੂੰ ਕਹਿਣ ਤੋਂ ਪਾ ਫਿਰ ਉਹਨੇ ਇਹੋ ਜੇ ਬੰਦਿਆਂ ਨੂੰ ਪਿੰਡਾਂ ਚ ਲੈ ਜਾਣਾ ਉੱਥੇ ਲਾ ਕੇ ਦੱਸਣਾ ਵੀ ਉਹ ਲੋਕੋ ਇਹਨਾਂ ਦੇ ਤੁਸੀਂ ਗੀਤ ਸਪੀਕਰਾਂ ਚ ਸੁਣੇ ਆ ਤਵਿਆਂ ਚ ਸੁਣੇ ਆ ਫਲਾਣੇ ਫਲਾਣੇ ਗਵਈਏ ਨੇ ਆ ਗੀਤ ਗਾਇਆ ਸੀ ਇਹਨਾਂ ਦਾ ਲਿਖਿਆ ਸੀ ਤੁਸੀਂ ਆ ਵੇਖਿਆ ਨਹੀਂ ਸੀ ਬੰਦਾ ਲਓ ਤੁਹਾਡੇ ਮੂਹਰੇ ਲਿਆ ਕੇ ਖੜਾਤਾ ਫਿਰ ਲੋਕਾਂ ਨੇ ਫੋਟੋ ਖਚਾਉਣੀ ਆ ਉਦੋਂ ਅਸੈਲਫੀਆਂ ਸੂਲਫੀਆਂ ਕਦੋਂ ਆਈਆਂ ਸੀ ਫੇ ਕੈਮਰੇ ਵਾਲੇ ਨੂੰ ਕਹਿਣਾ ਬਾਈ ਮੇਰੀ ਫੋਟੋ ਖਿੱਚ ਦੇ ਇਹੋ ਜਿਹੇ ਬੰਦਿਆਂ ਨੂੰ ਪੰਜਾਬ ਦੇ ਪਿੰਡਾਂ ਚ ਲਿਜਾਣ ਵਾਸਤੇ ਵੀ ਜਸੋਵਾਲ ਦਾ ਵੱਡਾ ਹੱਥ ਆ ਫੇਰ ਜਾ ਕੇ ਇਹ ਵੀ ਕਹਿਣਾ ਵੀ ਖਾਲੀ ਹੱਥ ਨਾ ਤੋਰਿਓ ਮੂੰਹ ਜੂਠਾ ਕਰਾਇਓ ਕਹਿਣ ਤੋਂ ਭਾਵ ਕਿ ਜੇਬ ਦੇ ਵਿੱਚ ਕੋਈ ਕਿਰਾਇਆ ਪਾੜਾ ਪਾਓ ਘਰੇ ਜਾ ਕੇ ਘਰ ਵਾਲਿਆਂ ਨੂੰ ਕੀ ਦੱਸਣਗੇ ਇਹ ਬੰਦੇ ਵੀ ਸਾਨੂੰ ਕੁਝ ਮਿਲਿਆ ਵੱਡੀ ਟਰੈਜੇਡੀ ਰਹੀ ਆ ਇਹ ਪੰਜਾਬ ਦੇ ਲੋਕਾਂ ਦੀ ਸੱਦ ਲੈਣਾ ਲੋਹੀ ਗੱਲ ਚ ਪਾ ਦੇਣੀ ਮੋਮੈਂਟੋ ਦੇ ਦੇਣਾ ਇਹ ਨਾ ਪੁੱਛਣਾ ਵੀ ਤੇਰੇ ਕੋ ਕਰਾਇਆ ਹੈਗਾ ਬਸਤੇ ਆਇਆ ਰੇਲ ਤੇ ਆਇਆ ਕਾਰ ਤੇ ਆਇਆ ਕਹਤੇ ਆ ਲੰਬਾ ਸਮਾਂ ਮੈਂ ਆ ਖੁਦ ਇਹਨਾਂ ਹਾਲਾਤਾਂ ਦਾ ਸ਼ਿਕਾਰ ਰਿਹਾ ਜਿਵੇਂ ਤੁਸੀਂ ਆਪ ਹੀ ਗੱਲ ਕੀਤੀ ਹੈ ਕਿ ਅਸੀਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਜ਼ਿਕਰ ਕੀਤਾ ਕਿ ਸਾਡੇ ਪੰਜਾਬ ਦੇ ਕਈ ਬੜੇ ਮਸ਼ਹੂਰ ਗਾਇਕ ਗੀਤਕਾਰ ਬੜੇ ਤੰਗੀ ਤਰਸ਼ੀ ਦਾ ਸ਼ਿਕਾਰ ਰਹੇ ਨੇ ਅੰਤਮ ਸਮਿਆਂ ਦੇ ਵਿੱਚ ਇਹਨਾਂ ਦੇ ਅੰਤਮ ਸਮੇਂ ਦੇ ਬਾਰੇ ਸਾਨੂੰ ਦੱਸੋ ਇੰਦਰਜੀਤ ਹਸਨਪੂਰੀ ਕਿਸ ਤਰ੍ਹਾਂ ਰਹਿੰਦੇ ਸਨ ਔਰ ਕਿਸ ਤਰ੍ਹਾਂ ਦਾ ਜੀਵਨ ਉਹਨਾਂ ਨੇ ਬਤੀਤ ਕੀਤਾ ਗੱਲ ਇਹ ਐ ਵੀ ਜਦੋਂ ਕੋਲ ਵਕਤੀ ਤੁਸੀਂ ਰਾਈਟਰ ਬਣ ਜਾਂਦੇ ਹੋ ਹੋਰ ਕੋਈ ਕੰਮ ਨਹੀਂ ਐ ਜੀ ਤੇ ਉਦੋਂ ਤੁਹਾਨੂੰ ਕਲਾ ਜਿਹੜੀ ਐ ਕਈ ਵਾਰੀ ਅੰਦਰੋਂ ਅੰਦਰ ਹੀ ਹਲਉਣ ਦੀ ਆ ਜਦੋਂ ਤੁਹਾਡੇ ਕੋਲ ਪੈਸੇ ਬਿਜਲੀ ਦਾ ਬਿੱਲ ਤਾਰਨ ਆਸਤੇ ਹੀ ਪੈਸੇ ਹੈ ਨਹੀਂ ਤੇ ਤੁਹਾਡੀ ਕਲਾ ਦੀ ਵੀ ਹੁਣ ਮੁੱਲ ਨਹੀਂ ਪੈ ਰਿਹਾ ਹੁਣ ਕਲਾ ਹੋਰ ਪਾਸੇ ਚਲੀ ਗਈ ਆ ਗਾਇਕ ਹੁਣ ਹੋਰ ਤਰ੍ਹਾਂ ਦੇ ਗੀਤ ਮੰਗਦਾ ਨਚੂਟਾ ਪੂ ਨਚੂਟਾ ਪੂ ਤੇ ਉਦੋਂ ਫਿਰ ਉਦਾਸ ਹੁੰਦਾ ਲਖਾਰੀ ਉਹ ਕੁਝ ਹੋਰ ਦੇਣਾ ਚਾਹੁੰਦਾ ਸਮਾਜ ਨੂੰ ਤੇ ਸਮਾਜ ਕੁਝ ਹੋਰ ਲੈਣਾ ਚਾਹੁੰਦਾ ਹਸਨਪੁਰੀ ਦਾ ਅੰਤਮ ਵੇਲਾ ਠੀਕ-ਠੀਕ ਸੀਗਾ ਇੱਕ ਮੁੰਡਾ ਕੈਨੇਡਾ ਚ ਉਹਨਾਂ ਦਾ ਇੱਕ ਮੁੰਡਾ ਉੱਥੇ ਆ ਮੁੰਡੇ ਵੀ ਸਿਆਣੇ ਆ ਦੋਵੇਂ ਇੱਕ ਕਿੱਥੇ ਆ ਜੀ ਕੈਨੇਡਾ ਦੇ ਵਿੱਚ ਐ ਇੱਕ ਲੁਧਿਆਣੇ ਉੱਥੇ ਕਿਰਵਾੜਾ ਹਾਂ ਜੀ ਸਿਆਣੀ ਔਲਾਦ ਆ ਉਹਨਾਂ ਦੀ ਧਰਮ ਪਤਨੀ ਵੀ ਬੜੀ ਸੇਵਾ ਕਰਦੀ ਰਹੀ ਐ ਉਹਨਾਂ ਦੀ ਤਾਂ ਉਹਦੇ باوجود ਮੈਨੂੰ ਯਾਦ ਆ ਰਿਹਾ ਉਹਨਾਂ ਦਾ ਦਿਹਾਂਤ ਹੋ ਗਿਆ ਜਦੋਂ ਤੇ ਸੰਸਕਾਰ ਉਹਨਾਂ ਦੇ ਪਿੰਡ ਹਸਨਪੁਰ ਚ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਨੂੰ ਇਹ ਦੱਸਿਆ ਕਿ ਸ਼੍ਰੋਮਣੀ ਸਹਿਤਕਾਰ ਹੈ ਸ਼੍ਰੋਮਣੀ ਸਹਿਤਕਾਰ ਨੂੰ ਜਦੋਂ ਸੰਸਕਾਰ ਕਰਨਾ ਇਹਨੂੰ ਸਲਾਮੀ ਦੇਣੀ ਖਾਸ ਪ੍ਰੋਟੋਕੋਲ ਹੈ ਬਣਦੀ ਹੈ ਜੀ ਤਾਂ ਡਿਪਟੀ ਕਮਿਸ਼ਨਰ ਸ਼ਾਇਦ ਰਜਤ ਅਗਰਵਾਲ ਸੀ ਤੇ ਐਸਐਸਪੀ ਸੁਖਚੈਨ ਸਿੰਘ ਗਿੱਲ ਹੁੰਦੇ ਸੀ ਉਦੋਂ ਹੁਣ ਆਈਜੀ ਹੈ ਤਾਂ ਉਹਨਾਂ ਨੇ ਉਚੇਚਾ ਪਿੰਡ ਚ ਜਾ ਕੇ ਹਸਨਪੁਰੀ ਦਾ ਪਹਿਲਾ ਹਸਪਤਾਲ ਚ ਪਤਾ ਲੈਣ ਵੀ ਗਏ ਉਹ ਸਰਕਾਰ ਵੱਲੋਂ ਇਲਾਜ ਦਾ ਵੀ ਡਾਕਟਰ ਰੋਪਿੰਦਰਜੀਤ ਕੌਰ ਸਿੱਖਿਆ ਮੰਤਰੀ ਸੀ ਪਾਸ਼ਾ ਵਿਭਾਗ ਦੇ ਅਸੀਂ ਉਹਨਾਂ ਦੇ ਧਿਆਨ ਚ ਲਿਆਏ ਇਲਾਜ ਦੇ ਵੀ ਥੋੜੇ ਬਹੁਤ ਪੈਸੇ ਉਹਨੇ ਭੇਜੇ ਤੇ ਸਨਸਕਾਰ ਦੇ ਉੱਤੇ ਵੀ ਉਹਨੂੰ ਸਲਾਮੀ ਦੀ ਜਿਹੜੀ ਹੈ ਸਨਮਾਨ ਦਿੱਤਾ ਗਿਆ ਔਰ ਭੋਗ ਦੇ ਉੱਤੇ ਵੀ ਵੱਡੇ ਵੱਡੇ ਬੰਦਿਆਂ ਨੇ ਉਹਨੂੰ ਸ਼ਰਧਾਂਜਲੀयां ਦਿੱਤੀਆਂ ਕਿਹੜੇ ਕਿਸੰਦੀ ਗੱਲ ਹੋਏਗੀ 2000 ਕਿੰਨੀ ਕੋਮਰ ਸੀ ਉਹਨਾਂ ਦੀ ਤਕਰੀਬਨ ਉਹਨਾਂ ਦੀ ਉਮਰ 80 ਤੋਂ ਉੱਤੇ ਸੀ ਜੀ ਤੇ ਪਰਸੇਤ ਵਧੀਆ ਪਈ ਸੀ ਆਵਾਜ਼ ਵਧੀਆ ਸੀ 7 ਅਕਤੂਬਰ 2009 ਦੇ ਦਿਨ ਉਹ ਪੂਰੇ ਹੋ ਗਏ ਠੀਕ ਹੈ ਜੀ ਕੋਈ ਉਹਨਾਂ ਦੀ ਯਾਦਗਾਰ ਉਹਨਾਂ ਦੇ ਪਿੰਡ ਜਾਂ ਕਿਤੇ ਹੋਰ ਕਿਤੇ ਬਣੀ ਹੋਵੇ ਹਾਂ ਉਦੋਂ ਗੱਲ ਚੱਲੀ ਸੀ ਜਦੋਂ ਪੂਰੇ ਹੋਏ ਆ ਪਿੰਡ ਵਾਲਿਆਂ ਨੇ ਕਿਹਾ ਸੀ ਅਸੀਂ ਯਾਦਗਾਰ ਬਣਾਵਾਂਗੇ ਲਾਇਬ੍ਰੇਰੀ ਬਣਾਵਾਂਗੇ ਪਰ ਕੋਈ ਗੱਲ ਸਿਰੇ ਲੱਗੀ ਨਹੀਂ ਕਿਉਂਕਿ ਇਹਨਾਂ ਬੰਦੇ ਦੇ ਮੂਹ ਮਲਾਜੇ ਜਾਂ ਬੰਦੇ ਦੇ ਦੋਸਤ ਮਿੱਤਰ ਸਰਕਲ ਵਾਲੇ ਜਾਂ ਆਪਦਾ ਪਰਿਵਾਰ ਜਿਹੜਾ ਪੁੱਛ ਦੱਸ ਕਰਨ ਵਾਲਾ ਹੋਵੇ ਜਾਣ ਪਛਾਨ ਵਾਲਾ ਹੋਵੇ ਉਹੀ ਕਰ ਸਕਦਾ ਬਹੁਤ ਸਾਰੇ ਬੰਦੇ ਚਲੇ ਗਏ ਕਿਸੇ ਦੀ ਕੋਈ ਯਾਦਗਾਰ ਪੰਜਾਬ ਚ ਕੋ ਟਾਵਾ ਬੰਦਾ ਹੈ ਜਿਹਦੀ ਯਾਦਗਾਰ ਹੈਗੀ ਨਹੀਂ ਇਹ ਜੇ ਕਲਾਕਾਰਾਂ ਲਖਾਰੀਆਂ ਬੁੱਧੀਜੀਵੀਆਂ ਦੀ ਕੋਈ ਯਾਦਗਾਰ ਨਹੀਂ ਹੈ ਮਾਨਕ ਦਾ ਸਸਕਾਰ ਜਲਾਲ ਹੋਇਆ ਸੀ ਉਥੇ ਸਮਾਦ ਬਣਾ ਦਿੱਤੀ ਬਾਅਦ ਚੋਂ ਪੱਟੀ ਵੀ ਗਈ ਸਮਾਦ ਤੇ ਕੋਈ ਯਾਦਗਾਰ ਨਹੀਂ ਹੈ ਕੋਈ ਪੁਰਸਕਾਰ ਨਹੀਂ ਉਹਦੇ ਨਾਂ ਤੇ ਕੋਈ ਕੋਈ ਮੇਲਾ ਨਹੀਂ ਲਾਉਂਦਾ ਕੋਈ ਮਤਲਬ ਵਰਸੀ ਘਰਾਂ ਦੇ ਧੀਆਂ ਪੁੱਤ ਵੀ ਅੱਜ ਕੱਲ ਮੂੰਹ ਫੇਰ ਗਏ ਵੱਡੇ ਵੱਡੇ ਵਿਦਵਾਨਾਂ ਦੇ ਬੱਚੇ ਔਰ ਕਲਾਕਾਰਾਂ ਦੇ ਬੱਚੇ ਵੈਲ ਸੈਟਲਡ ਆ ਉਹਨਾਂ ਕੋਲ ਬਰੇ ਪੈਸੇ ਵੀ ਹੈਗੇ ਆ ਕੋਈ ਤੰਗੀ ਤੁਰਸ਼ੀ ਦੀ ਗੱਲ ਨਹੀਂ ਪਰ ਜਦੋਂ ਉਹ ਉਹਨਾਂ ਦੇ ਘਰ ਦੇ ਨਹੀਂ ਮਨਾਉਂਦੇ ਉਹਦੀ ਯਾਦਗਾਰਨਾ ਜਨਮ ਦਿਨ ਤੇ ਨਾ ਵਰਸੀ ਤੇ ਨਾ ਕੋਈ ਹੋਰ ਫਿਰ ਮੇਰੇ ਤੇ ਆਰ ਕਦੋਂ ਮਨਾਊਗਾ ਤੁਸੀਂ ਬਹੁਤ ਸਾਰੇ ਲੋਕਾਂ ਬਾਰੇ ਲਿਖਿਆ ਉਹਨਾਂ ਦੇ ਜੀਵਨ ਬਾਰੇ ਲਿਖਿਆ ਗਾਇਕਾਂ ਬਾਰੇ ਲਿਖਿਆ ਕਵੀਆਂ ਬਾਰੇ ਲਿਖਿਆ ਜੀਵਨ ਨੂੰ ਕਵਰ ਕੀਤਾ ਹੈ ਪੁਸਤਕ ਪੁਸਤਕਾਂ ਦੇ ਵਿੱਚ ਪ੍ਰੋਕ ਰਖਿਆ ਲਫ਼ਜ਼ਾਂ ਦੇ ਵਿੱਚ ਇਨਵਰੀ ਅਗਰ ਤੁਸੀਂ ਜਿਹੜਾ ਪ੍ਰੋਗਰਾਮ ਹੁਣ ਕੀਤਾ ਤੁਸੀਂ ਆਪਣੀ ਜਿਹੜੀ ਜ਼ਾਤੀ ਜਾਣਕਾਰੀ ਸੀ ਉਹਦੇ ਆਧਾਰ ਤੇ ਕੀਤਾ ਅੱਜ ਦੇ ਗੀਤਕਾਰਾਂ ਨੇ ਕੋਈ ਸੇਧ ਲੈਣੀ ਹੋਵੇ ਤੇ ਕਿਹੋ ਜੀ ਸੇਧ ਲੈ ਸਕਦੇ ਨੇ ਇੰਦਰਜੀਤ ਹਸਨਪੁਰੀ ਤੋਂ ਹਸਨਪੁਰੀ ਨੇ ਇੱਕ ਵਾਰੀ ਗੀਤ ਸੁਣਾਇਆ ਤੇ ਸੁਣ ਪੈ ਗਈ ਬੜੇ ਬੰਦੇ ਬੈਠੇ ਸੀ ਤੇ ਉਹ ਤੁਸੀਂ ਵੀ ਸੁਣਿਆ ਹੋਣਾ ਕਈਆਂ ਗਾਇਕਾਂ ਨੇ ਗਾਇਆ ਦੁਨੀਆ ਦੀਆਂ ਨਜ਼ਰਾਂ ਤੋਂ ਤੇਰਾ ਦਰਦ ਲਕੋ ਲੈਣਾ ਜਦੋਂ ਯਾਦ ਤੇਰੀ ਆਵੇ ਲੁੱਕ ਲੁੱਕ ਕੇ ਰੋ ਲੈਣਾ ਇਹ ਬੰਦੇ ਅੰਦਰੋਂ ਅੰਦਰ ਝੁਰਦੇ ਰਹਿੰਦੇ ਸੀ ਕਿਉਂਕਿ ਨਾਮਣਾ ਬਹੁਤ ਹੋ ਗਿਆ ਨਾਮਾ ਨਹੀਂ ਉਹਨਾ ਹੋਇਆ ਪਰ ਹੁਣ ਨਾਮਾ ਵੀ ਹੈ ਤੇ ਨਾਮਣਾ ਵੀ ਹੈ ਪਰ ਹਸਨਪੁਰੀ ਅੱਜ ਵੀ ਜਿੰਦਾ ਹੈ ਅੱਜ ਵੀ ਚੇਤੇ ਕੀਤਾ ਜਾ ਰਿਹਾ ਇਹ ਨਾਵੇਂ ਵਾਲੇ ਤੇ ਨਾਮਣੇ ਵਾਲੇ ਕੁਝ ਦਿਨਾਂ ਦੇ ਮਹਿਮਾਨ ਕਲਾਕਾਰ ਬਣ ਕੇ ਆਉਂਦੇ ਆ ਦੂਏ ਦਿਨ ਲੋਕ ਇਹਨਾਂ ਨੂੰ ਭੁੱਲ ਜਾਂਦੇ ਆ ਠੀਕ ਹੈ ਜੀ ਨਿੰਦਰ ਜੀ ਅਖੀਰ ਵਿੱਚ ਤੁਸੀਂ ਪਹਿਲਾਂ ਬੜੀਆਂ ਅਸੀਂ ਮੇਜਾ ਕਲੀਆਂ ਕੱਲਾਂ ਵੀ ਸੁਣਾਈਆਂ ਭਾਪੂ ਕੋ ਕਰ ਦਿੱਤਾ ਤੁਸੀਂ ਅਖੀਰ ਵਿੱਚ ਖੈਰ ਯਾਦ ਕਰਦੇ ਆਂ ਸਲਾਮ ਕਰਦੇ ਆਂ ਇਹੋ ਜਿਹੇ ਲੋਕਾਂ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰੀਏ ਜੀ ਫਿਰ ਅੱਜ ਦਾ ਪ੍ਰੋਗਰਾਮ ਕੋਲ ਬੈ ਕੇ ਸੁਣ ਸੱਜਣਾ ਇੱਥੇ ਖਤਮ ਹੈ ਜੀ ਇੱਕ ਨਵਾਂ ਪ੍ਰੋਗਰਾਮ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਆਪ ਜੀ ਦੀ ਸੇਵਾ ਵਿੱਚ ਹੋਈਆਂ ਪੁੱਲੋ ਚੁਕੋ ਨਹੀਂ ਖਿਮਾ ਸਤਿ ਸ਼੍ਰੀ ਅਕਾਲ